ਦਸਤਾਰ ਹਰ ਇੱਕ ਦੇ ਵੱਲੋਂ ਬੰਨੀ ਜਾਂਦੀ ਹੈ, ਬੜੀ ਸਾਰੇ ਇੱਕ ਨੂੰ ਫੱਬਦੀ ਹੈ। ਤੁਹਾਡੀ ਦਸਤਾਰ ਦਾ ਅਲੱਗ ਇੱਕ ਕਹਿ ਸਕਦੇ ਹਾਂ ਕਿ ਦੇਖਣ ਨੂੰ ਮਿਲਦੀ ਹੈ। ਦਸਤਾਰ ਨੂੰ ਸਜਾਉਣਾ ਆਪ ਸਜਾਉਂਦੀ ਹੈ ਜਾਂ ਕਿਵੇਂ, ਮਤਲਬ ਸਿੱਖੀ ਕਿਸੇ ਤੋਂ ਜਾਂ? ਉਹ ਅਸਲ 'ਚ ਨਾ ਗੋਰਿਆਂ ਵੱਲੋਂ ਦਿੱਤੀ ਹੋਈ ਪੱਗ ਹੈ ਆਪਾਂ, ਜਿਵੇਂ ਆਪਾਂ ਪਟਿਆਲਾ ਘਰਾਣੇ ਦੀ ਪੱਗ ਕਹਿ ਦਿੰਦੇ ਹਾਂ, ਜਾਂ ਪੇਚਾਂ ਵਾਲੀ ਪੱਗ, ਟੂਟੀ ਵਾਲੀ ਪੱਗ ਵੀ ਕੀ ਕਹਿ ਦਿੰਦੇ ਹਾਂ। ਪਰ ਅਸਲ ਪੱਗ ਇਹ ਆ ਜਿਹੜੀ ਪੰਜਾਬ ਦੀ, ਅਸਲ ਜਿਹਨੂੰ ਮੜਾਸਾ ਵੀ ਕਹਿ ਦਿੰਦੇ ਕਈ ਬੰਦੇ, ਵੀ ਮੜਾਸਾ ਮਾਰ ਲੈਣਾ, ਤੁਰੇ ਤੁਰੇ ਜਾਂਦੇ ਵੱਲ ਲੈਣੀ ਪੱਗ, ਹੈ ਨਾ, ਅਤੇ ਸ਼ੀਸ਼ੇ 'ਚ ਵੇਖ ਕੇ ਨਹੀਂ ਵੱਜਦੀ। ਜਦੋਂ ਪੱਗ ਨਸਰ ਅਨਮੋਲ ਹੈ ਹਰ ਸ਼ਹਿਰ ਤੋਂ, ਡਿੱਠਾ ਛਾਣ ਕੇ ਸਾਰਾ ਜੱਗ ਹੈ। ਪੱਗ ਇੱਜ਼ਤ ਦਾ ਨਾਂ ਆ ਕੱਪੜਾ ਨਹੀਂ, ਪੱਗ ਰਾਠਾਂ ਕਾਣ ਸ਼ਾਹ ਆ ਗਿਆ। ਅਤੇ ਜਿਹੜਾ ਜ਼ਰ ਦੀ ਖਾਤਰ ਪੱਗ ਵਿੱਚ ਉਹ ਨੀਚ ਕਮੀਨਾ ਅਤੇ ਠੱਗ ਆ, ਹੈ ਨਾ, ਜ਼ਰ ਪੈਸੇ ਨੂੰ ਕਹਿੰਦੇ ਜ਼ਰ, ਹੈ ਨਾ, ਕਹਿੰਦਾ ਜਿਹੜਾ ਜ਼ਰ ਦੀ ਖਾਤਰ ਪੱਗ ਵਿੱਚ ਉਹ ਨੀਚ ਕਮੀਨਾ ਅਤੇ ਠੱਗ ਆ, ਜਿੱਦਾਂ ਮਾਂ ਨੂੰ ਪਿਆਰੇ ਲਾਲ ਹੁੰਦੇ, ਇੱਦਾਂ ਹੀ ਗੈਰਤਮੰਦ ਨੂੰ ਪੱਗ। ਪਹਿਲਾਂ ਫਿਲਮਾਂ ਦੇ ਵਿੱਚ ਹੋਣਾ ਇੱਕ ਸ਼ੁਰੂ ਕਰਨਾ ਕੰਮ, ਉਸ ਤੋਂ ਬਾਅਦ ਰੀਲਾਂ ਦੇ ਉੱਤੇ ਆਉਣਾ, ਮਤਲਬ ਜਿਵੇਂ ਹੁਣ ਤੁਹਾਡੀ ਅਸੀਂ ਅਕਸਰ ਦੇਖਦੇ ਹਾਂ ਕਿ ਬੜੀ ਮੋਟੀਵੇਸ਼ਨਲ ਸਪੀਚ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ ਫਿਲਮਾਂ ਤੋਂ ਲੈ ਕੇ, ਇੱਕੋਦਮ ਇਸ ਦੇ ਵਿੱਚ ਆਉਣਾ ਰੀਲਾਂ 'ਤੇ, ਕਿਵੇਂ ਬਣਦਾ ਸਬੱਬ ਕਿ ਮੈਂ ਰੀਲਾਂ ਬਣਾਉਣੀਆਂ ਸ਼ੁਰੂ ਕਰਾਂ? ਬਾਦਸ਼ਾਹੀ ਸਿਸਟਮ ਖਤਮ ਹੋ ਗਿਆ, ਕਿੱਥੇ ਰਾਣੀ ਦਾ ਕਬਜ਼ਾ ਹੁਣ? ਉਹ ਉੱਤਰ ਕੇ ਆਇਆ ਉਹਨੇ ਜਾ ਕੇ ਗੱਲ ਵੀ, ਮੈਨੂੰ ਤਾਂ ਰਾਣੀ ਨੇ ਬਾਦਸ਼ਾਹ ਬਣਾਇਆ, ਮੈਨੂੰ ਤਾਂ ਰਾਣੀ ਨੇ ਬਾਦਸ਼ਾਹ ਬਣਾਇਆ, ਤੈਨੂੰ ਬਾਦਸ਼ਾਹ ਕਿੰਨੇ ਬਣਾਇਆ? ਉਹਨੇ ਪਹਿਲੀ ਵਾਰ ਨਿਗਾਹ ਮਿਲਾਈ ਕਿਸੇ ਗੋਰੇ ਨਾਲ, ਉਹ ਕਹਿੰਦਾ ਤੈਨੂੰ ਰਾਣੀ ਨੇ ਬਣਾਇਆ? ਕਹਿੰਦਾ ਹਾਂ। ਤੈਨੂੰ ਕਿੰਨੇ ਬਣਾਇਆ? ਕਹਿੰਦਾ। ਉਹਨੇ ਨੇਜਾ ਕੱਢਿਆ ਰਕਾਬ ਦੇ ਵਿੱਚੋਂ, ਕਹਿੰਦਾ ਉਸ ਸਮਾਨ ਤੋਂ ਲੈ ਕੇ ਮਾਰ ਕੇ ਨੇਜਾ ਜ਼ਮੀਨ, ਕਹਿੰਦਾ ਇਹ ਜ਼ਮੀਨ ਤੱਕ ਜਿਹਦੀ ਮਲਕੀਅਤ ਹੈ ਨਾ, ਮੈਨੂੰ ਉਹਨੇ ਬਾਦਸ਼ਾਹ ਬਣਾਇਆ। ਪੰਜਾਬ ਦੇ ਵਿੱਚ ਪੰਜਾਬੀ ਨੂੰ ਉਨਾ ਮਾਣ ਉਨਾ ਸਤਿਕਾਰ ਹੁਣ ਮਿਲ ਰਿਹਾ ਜੋ ਪਹਿਲੀਆਂ ਸਮਿਆਂ ਦੇ ਵਿੱਚ ਮਿਲਦਾ ਸੀ? ਕਿਉਂਕਿ ਅੱਜ ਕੱਲ੍ਹ ਜੇ ਸਕੂਲ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪਾਉਂਦੇ, ਕਹਿੰਦੇ ਕਿ ਅਸੀਂ ਅੰਗਰੇਜ਼ੀ ਸਾਡੇ ਬੱਚਿਆਂ ਨੂੰ ਜ਼ਰੂਰ ਆਉਣੀ ਚਾਹੀਦੀ ਹੈ, ਜੇ ਕਿਸੇ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਤਾਂ ਕਈ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਕਿ ਯਾਰ ਸਾਨੂੰ ਅੰਗਰੇਜ਼ੀ ਨਹੀਂ ਬੋਲਣੀ। ਘੱਟੋ ਘੱਟ ਪੰਜਾਬੀ ਖਿੱਤਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਤਾਂ ਪੰਜਾਬੀ ਦੀ ਗੱਲ ਹੋਣੀ ਚਾਹੀਦੀ ਹੈ। ਉੱਥੇ ਪ੍ਰੇਅਰ ਹੀ ਪੰਜਾਬੀ 'ਚ ਨਹੀਂ ਹੁੰਦੀ, ਹੋਰ ਕੀ ਕਰ ਲਉਂਗੇ ਤੁਸੀਂ? ਮੋਢੀ ਵੜਤਾ ਤੁਸੀਂ ਜਦੋਂ ਦਿਨ ਦੀ ਸ਼ੁਰੂਆਤ ਹੋਣੀ। ਆਹ ਨਾਲ ਦੀ ਸਟੇਟ ਦੀ ਸੈਕਿੰਡ ਲੈਂਗੁਏਜ ਤਮਿਲ ਆ, ਹਰਿਆਣਾ ਦੀ, ਮੈਨੂੰ ਤਾਂ ਹੁਣ ਪਿਛਲੇ ਮਹੀਨੇ ਪਤਾ ਲੱਗਿਆ ਸੈਕਿੰਡ ਲੈਂਗੁਏਜ ਤਮਿਲ ਕਿੱਥੇ, ਉਹ ਹਜ਼ਾਰਾਂ ਮੀਲ ਦੂਰ ਬੈਠਾ ਇੱਥੋਂ, ਅਤੇ ਆਹ ਨਾਲ ਦੀ ਸਾਡੇ 'ਚੋਂ ਨਿਕਲਿਆ ਹੋਇਆ ਸਟੇਟ, ਅਤੇ ਪੰਜਾਬੀ ਹੈ ਹੀ ਨਹੀਂ। ਇੱਕ ਅੱਖਰ ਦਾ ਮਰ ਜਾਣਾ, ਇੱਕ ਇੱਕ ਮਾਂ ਦਾ ਬੱਚਾ ਮਰ ਗਿਆ ਸਾਨੂੰ, ਇੱਕ ਲਫਜ਼ ਦਾ ਮਰ ਜਾਣਾ, ਭੁੱਲ ਜਾਣਾ। ਹੁਣ ਆਪਾਂ ਕਹਿ ਦਿੰਦੇ ਹਾਂ ਵੀ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਲੋਡਾ ਵੇਲਾ, ਪਤਾ ਹੀ ਨਹੀਂ ਕਿਸੇ ਨੂੰ ਲੋਡਾ ਵੇਲਾ ਕੀ ਹੁੰਦਾ, ਹੈ ਨਾ, ਪਤਾ ਹੀ ਨਹੀਂ। ਪ੍ਰਭਾਤ ਸਵੇਰ, ਪਤਾ ਹੀ ਨਹੀਂ, ਅੱਖਰ ਹੀ ਮਰ ਗਏ ਆ। ਮੋਰਨਿੰਗ, ਮੋਰਨਿੰਗ ਹੀ ਸ਼ੁਰੂ ਕਰਦੇ ਜਿਹਦੇ ਜ਼ਰੂਰਤ ਤੋਂ ਜ਼ਿਆਦਾ ਦੋਸਤ ਹੋਣ ਨਾਲ, ਇਹਦਾ ਮਤਲਬ ਉਹ ਬੰਦਾ ਮਤਲਬ ਰਸਤਾ, ਦੋਸਤ ਇੱਕ ਅਤੇ ਦੋ ਹੀ। ਕੋਵਿਡ ਦੇ ਦਰਮਿਆਨ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆ ਗਿਆ ਇੱਥੇ, ਉੱਤਰਦਿਆਂ ਹੀ ਘਰ ਮਕਾਨ ਸਭ ਕੁਛ ਲੈ ਲਿਆ, ਪੰਜਾਬ ਦੇ ਮੂਲ ਨਿਵਾਸੀ ਬਣ ਗਏ, ਅੱਜ ਆਧਾਰ ਕਾਰਡ ਬਣ ਗਿਆ ਉਹਨਾਂ ਦੇ, ਇੱਥੋਂ ਦੇ ਸਭ ਕੁਛ ਬਣ ਗਿਆ। ਪਰ ਜੇ ਅਸੀਂ ਜਾ ਕੇ ਜੰਮੂ ਜ਼ਮੀਨ ਲੈਣੀ ਹੋਵੇ, ਅਸੀਂ ਜਾ ਕੇ ਹਿਮਾਚਲ ਲੈਣੀ ਹੋਵੇ, ਨਹੀਂ ਮਿਲਦੀ।
ਬੜਾ ਤੁਸੀਂ ਲਿਖਦੇ ਹੋ ਹੈ ਨਾ, ਤੁਹਾਡੇ ਤੋਂ ਸਿੱਖਣ ਨੂੰ ਵੀ ਬੜਾ ਕੁਛ ਮਿਲਦਾ, ਅਸਲ 'ਚ ਦੋਸਤੀ ਕੀ? ਕਹਿੰਦਾ ਕੁਛ ਕਮਬਖਤ ਐਸੇ ਵੀ ਦੋਸਤ ਹੈ ਮੇਰੀ ਜ਼ਿੰਦਗੀ ਮੇਂ ਜੋ ਹਾਥ ਮਿਲਾ ਕੇ ਗਮੋਂ ਕੀ ਲਕੀਰੇ ਹੀ ਮਿਟਾ ਗਏ। ਆ ਜਿਹੜੇ ਚਿੱਟੇ ਦੀ ਆਪਾਂ ਗੱਲ ਕਰ ਰਹੇ ਕਿ ਚਿੱਟਾ ਬਹੁਤ ਵੇਖ ਰਿਹਾ ਜੀ, ਚਿੱਟਾ ਐਂ ਹੋ ਰਿਹਾ, ਚਿੱਟਾ ਫਲਾਣਾ ਹੋ ਰਿਹਾ, ਤੁਹਾਡਾ ਵੀ ਪਿੰਡ ਆ, ਮੇਰਾ ਵੀ ਪਿੰਡ ਆ। ਮੈਨੂੰ ਤਾਂ ਲੱਗਦਾ ਨਹੀਂ ਮੇਰੇ ਪਿੰਡ ਦੇ ਵਿੱਚ 2 ਜਾਂ 4 ਬੰਦੇ ਕਿਤੇ ਪੀਂਦੇ ਪੂੰਦੇ ਹੋਣਗੇ ਲੁਕ ਲੁਕ ਕੇ। ਮੈਂ ਤਾਂ ਵੇਖਿਆ ਨਹੀਂ ਵੀ ਸਾਰਾ ਪਿੰਡ ਪੀਂਦਾ, ਇਹ ਪ੍ਰੋਪਗੰਡਾ ਹੀ ਆ ਬਸ ਬਿਨਾਂ ਵਜ੍ਹਾ, ਵੀ ਜੇ ਕਿਤੇ ਪੋਸਟ ਖੁੱਲ੍ਹ ਗਈ ਇੱਥੇ ਦੇ ਪੰਜਾਬ ਦੇ ਲੋਕ, ਔਰਗੈਨਿਕ ਚੀਜ਼ ਆ ਉਹ। ਸਾਨੂੰ ਪੰਜਾਬੀ ਹੋਣ 'ਤੇ ਮਾਣ ਹੋਣਾ ਚਾਹੀਦਾ, ਸੋ ਪੰਜਾਬੀ ਬੋਲੋ, ਪੰਜਾਬੀ ਪੜ੍ਹੋ। ਕਹਿੰਦੇ ਨਾ ਵੀ ਜਿਹੜੀ ਬੱਕਰੀ ਸ਼ੇਰ ਦੀ ਜੂਹ ਵੜ ਜੇ ਉਹਦੇ ਹੱਡ ਵੀ ਨਹੀਂ ਉਹਦੇ ਖੜ ਵੀ ਨਹੀਂ, ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਫੁੱਲ ਵੀ ਨਹੀਂ ਉਹਦੇ ਫਲ ਵੀ ਨਹੀਂ, ਅਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਅਤੇ ਕੱਲ੍ਹ ਵੀ ਨਹੀਂ। ਦਾ ਸਮਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਸਮਰਾ। ਕੁਝ ਚਿਹਰੇ ਇੱਦਾਂ ਦੇ ਹੁੰਦੇ ਆ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਵੇਖਦੇ ਹਾਂ ਤਾਂ ਬੜਾ ਸਕੂਨ ਮਿਲਦਾ, ਕੁਝ ਚਿਹਰਿਆਂ ਨੂੰ ਵੇਖ ਕੇ ਬੜਾ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ, ਅਤੇ ਜਦੋਂ ਵੀ ਕੋਈ ਉਸ ਚਿਹਰੇ ਨੂੰ ਵੇਖਦਾ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਇਹੀ ਆਉਂਦਾ ਕਿ ਵਾਹ ਕਿਆ ਸਰੂਪ ਹੈ, ਕਿਆ ਮੂੰਹ ਦੇ ਉੱਤੇ ਨੂਰ ਹੈ। ਅੱਜ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ। ਤੁਸੀਂ ਅਕਸਰ ਉਹਨਾਂ ਨੂੰ ਇੰਸਟਾਗ੍ਰਾਮ 'ਤੇ ਜਦੋਂ ਵੀ ਤੁਸੀਂ ਰੀਲ ਸਟ੍ਰੋਲ ਕਰਦੇ ਹੋਵੋਗੇ ਉਹਨਾਂ ਨੂੰ ਜ਼ਰੂਰ ਵੇਖਿਆ ਹੋਵੇਗਾ, ਅਤੇ ਉਹਨਾਂ ਦੀਆਂ ਗੱਲਾਂ ਤੋਂ ਵੀ ਬਹੁਤ ਕੁਝ ਤੁਸੀਂ ਸਿੱਖਿਆ ਹੋਵੇਗਾ। ਸੋ ਜ਼ਿਆਦਾ ਸਮਾਂ ਨਹੀਂ ਲੈਂਦੇ, ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜਰਨੈਲ ਸਿੰਘ ਹੋਰਾਂ ਦਾ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜ਼ਿਕਰ ਕੀਤਾ ਕਿ ਕੁਝ ਚਿਹਰੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਚਿਹਰਿਆਂ ਦੇ ਉੱਤੇ ਬੜਾ ਨੂਰ ਹੁੰਦਾ, ਜਦੋਂ ਵੀ ਤੁਸੀਂ ਵੇਖੋਗੇ ਉਹਨਾਂ ਨੇ ਕੋਈ ਵੀ ਗੱਲ ਕਰਨੀ ਹੋਵੇ ਬੜਾ ਹਸਮੁੱਖ ਚਿਹਰਾ ਲੱਗਦਾ, ਇਸ ਨੂਰੀ ਚਿਹਰੇ ਪਿੱਛੇ ਰਾਜ ਕੀ ਹੈ? ਇਹ ਪਰਮਾਤਮਾ ਹੀ ਜਾਣਦਾ ਜੀ, ਉਹਦੀ ਘੜੀ ਹੋਈ ਮੂਰਤਾਂ ਉਹ ਹੀ ਜਾਣਦਾ ਆਪਾਂ ਤੇ ਕੀ ਹੈ। ਮੈਂ ਜਦੋਂ ਵੀ ਕਦੇ ਰੀਲ ਤੁਹਾਡੀ ਸਕਰੋਲ ਕਰਦੀ ਅਸੀਂ ਦੇਖੀ ਨਾ, ਤੇ ਤੁਹਾਡੀ ਰੀਲ ਅਕਸਰ ਉੱਤੇ ਆ ਜਾਂਦੀ ਹੈ, ਤੇ ਮੈਂ ਸੋਚਿਆ ਸੀ ਵੀ ਜਦੋਂ ਵੀ ਇੰਟਰਵਿਊ ਹੋਈ ਕਿ ਮੈਂ ਇਹ ਸਵਾਲ ਜ਼ਰੂਰ ਕਰਨਾ। ਦਸਤਾਰ ਹਰ ਇੱਕ ਦੇ ਵੱਲੋਂ ਬੰਨੀ ਜਾਂਦੀ, ਬੜੀ ਹਰ ਇੱਕ ਨੂੰ ਫੱਬਦੀ ਹੈ, ਤੁਹਾਡੀ ਦਸਤਾਰ ਦਾ ਅਲੱਗ ਇੱਕ ਕਹਿ ਸਕਦੇ ਹਾਂ ਕਿ ਦੇਖਣ ਨੂੰ ਮਿਲਦੀ ਹੈ। ਦਸਤਾਰ ਨੂੰ ਸਜਾਉਣਾ ਆਪ ਸਜਾਉਂਦੀ ਹੈ ਜਾਂ ਕਿਵੇਂ, ਮਤਲਬ ਸਿੱਖੀ ਕਿਸੇ ਤੋਂ ਜਾਂ ਐਵੇਂ? ਹਾਂਜੀ, ਇਹ ਜਿਹੜੀ ਪੱਗ ਅੱਜ ਕੱਲ੍ਹ ਦਾ ਯੂਥ ਬੰਨਦਾ ਜਾਂ ਆਮ ਪ੍ਰਚਲਨ 'ਚ ਜਿਹੜੀ ਪੱਗ ਪੰਜਾਬ ਦੇ ਮੁੰਡੇ ਕੁੜੀਆਂ ਮੁੰਡੇ ਬੰਨਦੇ ਆ, ਉਹ ਅਸਲ 'ਚ ਨਾ ਗੋਰਿਆਂ ਵੱਲੋਂ ਦਿੱਤੀ ਹੋਈ ਪੱਗ ਆ ਆਪਾਂ ਨੂੰ, ਹੈ ਨਾ, ਜਿੱਦਾਂ ਆਪਾਂ ਪਟਿਆਲਾ ਘਰਾਣੇ ਦੀ ਪੱਗ ਕਹਿ ਦਿੰਦੇ ਹਾਂ, ਜਾਂ ਪੇਚਾਂ ਵਾਲੀ ਪੱਗ, ਟੂਟੀ ਵਾਲੀ ਪੱਗ ਵੀ ਕੀ ਕਹਿ ਦਿੰਦੇ ਆ, ਹੈ ਨਾ। ਪਰ ਅਸਲ ਪੱਗ ਇਹ ਆ ਜਿਹੜੀ ਪੰਜਾਬ ਦੀ ਅਸਲ, ਜਿਹਨੂੰ ਮੜਾਸਾ ਵੀ ਕਹਿ ਦਿੰਦੇ ਕਈ ਬੰਦੇ, ਵੀ ਮੜਾਸਾ ਮਾਰ ਲੈਣਾ, ਤੁਰੇ ਤੁਰੇ ਜਾਂਦੇ ਵਲ ਲੈਣੀ ਪੱਗ, ਹੈ ਨਾ, ਅਤੇ ਸ਼ੀਸ਼ੇ 'ਚ ਵੇਖ ਕੇ ਨਹੀਂ ਵੱਜਦੀ, ਇਹ ਬਿਨਾਂ ਸ਼ੀਸ਼ੇ ਤੋਂ ਵੱਜਦੀ ਹੈ। ਜੇ ਸ਼ੀਸ਼ੇ 'ਚ ਵੇਖ ਕੇ ਬੰਨੂਗੇ ਤਾਂ ਇੱਦਾਂ ਦੀ ਨਹੀਂ ਵੱਜਣੀ, ਫਿਰ ਹੋਰ ਹਿਸਾਬ ਬਣ ਜਾਂਦਾ ਬਣ ਜਾਂਦਾ। ਇਹ ਤਾਂ ਐਂ ਵੀ ਪੱਲਾ ਜਿਹਾ ਖਿਲਾ ਰਿਹਾ ਸਵੇਰੇ ਅਲਮਾਰੀ 'ਚੋਂ ਕੱਢ ਕੇ, ਅਤੇ ਨਾਲੇ ਗੱਲਾਂ ਗੁੱਲਾਂ ਕਰੀਏ ਨਾਲੇ ਪੱਗ ਵਾਲੀ ਕੇ, ਬਸ ਐਂ ਆ ਜੀ। ਪੁਰਾਣੇ ਸਮੇਂ 'ਚ ਅਸੀਂ ਇਹੋ ਹੀ ਪੱਗ, ਇਹੋ ਹੀ ਪੱਗ। ਹਾਂਜੀ, ਮੇਰੇ ਬਜ਼ੁਰਗ, ਮੇਰੇ ਦਾਦੇ ਜਿਹੜੇ ਸੀਗੇ ਬਜ਼ੁਰਗ ਸਾਡੇ ਸਾਰਿਆਂ ਦੀ, ਮੇਰੇ ਕੀ ਸਾਰਿਆਂ ਦੇ ਬਜ਼ੁਰਗ ਇੱਦਾਂ ਦੀ ਪੱਗ ਹੀ ਬੰਨਦੇ ਸੀ। ਸੋ ਇਹ ਪੁਰਾਣੀ ਪੰਜਾਬ ਦੀ ਰਵਾਇਤੀ ਪੱਗ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜ਼ਿਆਦਾਤਰ ਇਹ ਪੱਗ ਜਿਹੜੀ ਆ ਇਹ ਦਰਿਆਓਂ ਪਾਰ ਬੰਨੀ ਜਾਂਦੀ ਸੀ, ਬਿਆਸ ਤੋਂ ਪਰਾਂ ਵਾਲੇ ਪਾਸੇ, ਲਾਹੌਰ ਵਾਲੇ ਪਾਸੇ ਨੂੰ, ਗੁਜਰਾਂ ਵਾਲਾ ਪਾਸਾ ਇਲਾਕਾ, ਉੱਥੇ ਤੱਕ ਲਾ ਲਓ ਤੁਸੀਂ, ਸਿਆਲਕੋਟ ਹੋ ਗਿਆ, ਲੈਲਪੁਰ ਉੱਧਰਲੇ ਪਾਸੇ ਇਹ ਪੱਗ, ਅੰਮ੍ਰਿਤਸਰ, ਗੁਰਦਾਸਪੁਰ, ਦਰਿਆ ਤੋਂ ਪਰਾਂ ਪਰਾਂ ਇਸ ਪੱਗ ਦਾ ਪ੍ਰਚਲਨ ਜ਼ਿਆਦਾ। ਅੱਜ ਤੋਂ ਛੋਟੀ ਬੰਨੀ ਮੈਂ, ਵੈਸੇ 12 ਮੀਟਰ ਦੀ ਹੁੰਦੀ ਹੈ, 12 ਮੀਟਰ ਦੀ ਪੱਗ। ਇਹਨੂੰ ਵੈਸੇ ਜੇ ਕਈ ਪੱਗਾਂ ਦੇ ਜਿੰਨੇ ਵੀ ਸਟਾਈਲ ਹੁੰਦੇ ਆ, ਵੱਖ ਵੱਖ ਪਟਿਆਲਾ ਸ਼ਾਹੀ ਪੱਗ, ਜੀ ਜੀ ਜੀ, ਇਹਨੂੰ ਮਝੈਲੀ ਪੱਗ ਕਹਿੰਦੇ ਆ, ਮਝੈਲ ਮਝੈਲੀ,
ਦਰਿਆ ਤੋਂ ਪਰੇ ਦਾ ਪਤਾ ਇਲਾਕਾ ਮਝਾਇਲਾ ਦਾ ਪੈਂਦਾ ਨਾ, ਆਪਾਂ ਕਹਿੰਦੇ ਨਾ ਮਾਝਾ ਮਾਲਵਾ ਦੁਆਬਾ, ਹੈ ਨਾ, ਮਾਝਾ ਮਾਝੇ ਦੇ ਮਝਾਇਲ ਆਪਾਂ ਕਹਿ ਦਿੰਦੇ ਵਰਡ ਕਈ ਵਾਰੀ ਯੂਜ਼ ਕਰਦੇ ਨਾ, ਅਤੇ ਜ਼ਿਆਦਾਤਰ ਉਹ ਸਾਡੇ ਬਜ਼ੁਰਗ ਉੱਧਰ ਬੰਨਦੇ ਸੀ, ਤਾਂ ਮੈਨੂੰ ਲੱਗਿਆ ਵੀ ਚਲੋ ਹੁਣ ਦਾੜੀ ਵੀ ਚਿੱਟੀ ਹੋਣ ਲੱਗ ਗਈ ਆ। ਅਤੇ 2017 ਦੇ ਵਿੱਚ ਫਿਲਮ ਕਰਨੀ ਸੀ ਸੱਜਣ ਸਿੰਘ ਰੰਗਰੂਟ, ਉਹਦੇ ਵਿੱਚ ਫਿਰ ਇਹੀ ਪੱਗ ਵੇਅਰ ਕੀਤੀ ਆ। ਉਹ 2-3 ਮਹੀਨੇ ਜਦੋਂ ਬੰਨੀ ਅਤੇ ਫਿਰ ਹੱਥ ਵੀ ਬਹਿ ਗਿਆ, ਫਿਰ ਮੈਂ ਸਟਾਈਲ ਚੇਂਜ ਹੀ ਨਹੀਂ ਕੀਤਾ। ਸਗੋਂ ਘਰ ਦੇ ਕਾਫ਼ੀ ਮੇਰੀ ਮਾਤਾ ਜੀ ਬਹੁਤ ਗੁੱਸੇ ਸੀਗੇ ਵੀ ਇਹ ਕਿਹੋ ਜਿਹੀ ਬੰਨਣ ਲੱਗ ਗਿਆ ਤੂੰ, ਇਹ ਮੜਾਸਾ ਜਿਹਾ ਬੰਨ ਲੈਂਦਾ ਸਵੇਰੇ ਤੂੰ, ਇਹ ਚੰਗਾ ਲੱਗਦਾ। ਮੈਂ ਕਿਹਾ ਮਾਤਾ ਹੁਣ ਇਹੋ ਚੰਗਾ ਲੱਗਦਾ ਬਸ, ਹਾਂਜੀ ਹੁਣ ਅੱਧਾ ਪੰਜਾਬ ਬੰਨਣ ਲੱਗ ਗਿਆ, ਪਹਿਚਾਣ ਬਣ ਜਾਂਦੀ ਹੈ। ਅਸੀਂ ਜਦੋਂ ਦੂਰੋਂ ਵੇਖੀਏ ਸਾਨੂੰ ਪਹਿਚਾਣ ਹੋ ਜਾਂਦੀ ਹੈ ਇਹ ਬੰਦਾ ਖਲੋਤਾ ਹੋਇਆ। ਜੀ ਜੀ ਮੈਂ ਦੱਸਦਾ, ਇੱਕ ਵਾਰੀ ਅਸੀਂ ਫਿਲਮ ਕਰੀਏ ਸ਼ੂਟ ਉੱਥੇ ਲੰਡਨ 'ਚ ਬੈਠੇ, ਅਤੇ ਸੋਹੋ ਰੋਡ ਦੇ ਠੰਡ ਬਹੁਤ ਸੀਗੀ ਨਾ, ਅਤੇ ਮੈਂ ਇੱਦਾਂ ਲੋਈ ਜੀ ਲਈ ਹੋਈ ਪੱਗ ਦੇ ਉੱਤੋਂ ਦੀ ਕਰਕੇ ਨਾ, ਇੱਥੇ ਕਿਤੇ ਪਿੱਛੇ ਥੋੜ੍ਹੀ ਜਿਹੀ ਤੈਂ ਬੁੱਕਲ ਜੀ ਮੂੰਹ ਅਤੇ ਬੁੱਕਲ ਜੀ ਮਾਰ ਕੇ, ਅਤੇ ਮੈਂ ਤੂੰ ਬੰਦੇ ਲੰਘਣ ਅਤੇ ਮੇਰੇ ਵੱਲ ਵੇਖ ਕੇ ਕਹਿੰਦੇ ਜਰਨੈਲ ਸਿੰਘ ਜੀ, ਮੇਰੇ ਨਾਲ ਬੰਦੇ ਖੜੇ ਹੋ, ਕਹਿੰਦੇ ਯਾਰ ਮੂੰਹ ਢੱਕਿਆ ਤੈਨੂੰ ਤਾਂ ਵੀ ਪਛਾਣੀ ਜਾਂਦੇ ਆ, ਤੂੰ ਪੱਗ ਕਰਕੇ ਲੋਕ ਪਛਾਣ ਲੈਂਦੇ। ਪਰ ਬੜੇ ਬਹੁਤ ਕੈਂਪ ਕੁੰਪ ਬੜੇ ਲਾਏ ਮੈਂ ਨਿਊਜ਼ੀਲੈਂਡ ਵੀ, ਯੂਰਪ ਦੇ ਵਿੱਚ, ਕੈਨੇਡਾ, ਯੂਕੇ, ਰੀਲਾਂ ਦੇ ਉੱਤੇ ਆਉਣਾ, ਮਤਲਬ ਜਿਵੇਂ ਹੁਣ ਤੁਹਾਡੀ ਅਸੀਂ ਅਕਸਰ ਦੇਖਦੇ ਹਾਂ ਕਿ ਬੜੀ ਮੋਟੀਵੇਸ਼ਨਲ ਸਪੀਚ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ, ਫਿਲਮਾਂ ਤੋਂ ਲੈ ਕੇ ਇੱਕੋਦਮ ਇਸ ਦੇ ਵਿੱਚ ਆਉਣਾ ਰੀਲਾਂ 'ਤੇ, ਕਿਵੇਂ ਬਣਦਾ ਸਬੱਬ ਕਿ ਮੈਂ ਰੀਲਾਂ ਬਣਾਉਣੀਆਂ ਸ਼ੁਰੂ ਕਰਾਂ? ਨਹੀਂ ਰੀਲਾਂ ਐ ਸੱਚ ਮੈਨੂੰ ਰੀਲਾਂ ਵਾਲਾ ਨਹੀਂ ਸੀ ਪਤਾ ਕੰਟੈਂਟ ਕੀ ਹੈ, ਮੈਨੂੰ ਤਾਂ ਸਿਰਫ ਇਹ ਸੀਗਾ ਵੀ ਮਨਪ੍ਰੀਤ ਮੁੰਡਾ ਹੁੰਦਾ ਸਾਡੇ ਨਾਲ ਇੱਕ ਨਾ ਜੀ, ਉਹਨੇ ਇੱਕ ਦਿਨ ਬਣਾ ਦਿੱਤੀ ਮੇਰੀ ਬੈਠਿਆਂ ਬੈਠਿਆਂ ਇੱਦਾਂ ਹੀ ਬਣਾ ਕੇ, ਅਤੇ ਉਹਨੇ ਇੰਸਟਾਗ੍ਰਾਮ 'ਤੇ ਪਾ ਦਿੱਤੀ। ਮੈਂ ਵੈਨਿਟੀ 'ਚ ਬੈਠਾ ਸੀਗਾ ਅਤੇ 2-4 ਸ਼ੋਰਟ ਸ਼ੂਟ ਇੱਧਰੋਂ ਲੈ ਕੇ ਸੱਜਿਓਂ ਖੱਬਿਓਂ 'ਚੋਂ ਲੈ ਕੇ, ਮਗਰ ਇੱਕ ਗਾਣਾ ਜਿਹਾ ਜਾਂ ਪਤਾ ਨਹੀਂ ਕੋਈ ਵਰਡਿੰਗ ਲਾ ਕੇ ਉਹਨੇ ਨਾ ਪਾ ਦਿੱਤੀ ਮੇਰੇ ਪੇਜ 'ਤੇ, ਅਤੇ ਅਗਲੇ ਦਿਨ ਮੈਨੂੰ ਕਹਿੰਦਾ ਕਹਿੰਦਾ ਫੋਨ ਦਿਓ ਭਾਅ ਜੀ, ਅਤੇ ਕਹਿੰਦਾ ਭਾਅ ਜੀ ਉਹ 2-2.5 ਲੱਖ ਬੰਦੇ ਨੇ ਵੇਖ ਲਈ, ਅਤੇ ਮੈਂ ਵੇਖਿਆ, ਮੈਂ ਕਿਹਾ ਅੱਛਾ, ਅਤੇ ਕਹਿੰਦਾ ਉਹ ਅੱਜ ਫਿਰ ਬਣਾਉਂਦੇ ਹਾਂ, ਅਸੀਂ ਵਿਹਲੇ ਸੀ ਸਵੇਰੇ ਸਵੇਰੇ ਜਾ ਕੇ ਕੰਮ 'ਤੇ ਇੰਨਾ ਹੁੰਦਾ ਨਹੀਂ, ਅਤੇ ਇੱਕ ਅੱਧੇ ਦਿਨ ਫਿਰ ਬਣਾਈ ਉਹ ਪਾਈ, ਉਹ ਵੀ ਉਸ 6-7 ਲੱਖ ਬੰਦੇ ਤੱਕ ਰੀਚ ਹੋ ਗਈ। ਮੈਨੂੰ ਕਹਿੰਦਾ ਭਾਅ ਜੀ ਤੁਹਾਨੂੰ ਮਤਲਬ ਲੋਕ ਚੰਗਾ ਸੁਣਦੇ, ਮੈਂ ਚੱਲ ਇੱਕ ਵਰਡਿੰਗ ਜੀ ਭੇਜੀ ਉੱਧਰੋਂ ਨਾ ਲੈਂਦੇ ਪੰਜਾਬ ਤੋਂ ਕਿਸੇ ਸੱਜਣ ਮਿੱਤਰ ਨੇ, ਚੱਲ ਉਹ ਬਣਾਉਂਦੇ ਆ। ਮੈਂ ਪੱਗ ਬੰਨਣੀ ਸੀ, ਮੈਂ ਪੱਗ ਬੰਨੀ ਗਿਆ ਅਤੇ ਉਹ ਨਾ ਮੇਰੀ ਪੱਗ ਬੰਨਦੇ ਦੀ ਵੀਡੀਓ ਜੀ ਬਣਾਈ ਗਿਆ ਸੱਜੇ ਖੱਬਿਓ ਨਾ ਇੱਦਾਂ ਹੀ, ਅਤੇ ਉਹਦੇ ਪਿੱਛੇ ਅਸੀਂ ਵਰਡਿੰਗ ਲਾਈ, ਪੱਗ ਦੀ ਵਰਡਿੰਗ ਸੀਗੀ ਵੀ ਪੱਗ, ਉੱਧਰੋਂ ਕਿਸੇ ਨੇ ਲਿਖ ਕੇ ਭੇਜੀ ਸੀ ਮੈਨੂੰ ਵੀ ਪੱਗ ਨਸਰ ਅਨਮੋਲ ਹੈ ਹਰ ਸ਼ਹਿ ਤੋਂ, ਵੀ ਪੱਗ ਨਸਰ ਅਨਮੋਲ ਜਿਹਨੂੰ ਕਹਿ ਦਿੰਦੇ, ਨਸਰ ਅਨਮੋਲ ਦਾ ਮੀਨਿੰਗ ਹੈ ਕਿ ਜਿਹੜੀ ਮਤਲਬ ਬੇਸ਼ਕੀਮਤੀ, ਉਹਦਾ ਨਾਂ ਉਹਨੂੰ ਆਪਾਂ ਨਸਰ ਅਨਮੋਲ ਕਹਿ ਦਿੰਦੇ ਉਰਦੂ ਦੇ ਵਿੱਚ। ਕਹਿੰਦੇ ਪੱਗ ਨਸਰ ਅਨਮੋਲ ਹੈ ਹਰ ਸ਼ਹਿ ਤੋਂ, ਡਿੱਠਾ ਛਾਣ ਕੇ ਸਾਰਾ ਜੱਗ ਹੈ, ਪੱਗ ਇੱਜ਼ਤ ਦਾ ਨਾਂ ਆ ਕੱਪੜਾ ਨਹੀਂ, ਪੱਗ ਰਾਠਾਂ ਕਾਣ ਸ਼ਾਹ ਆ ਗਿਆ, ਅਤੇ ਜਿਹੜਾ ਜ਼ਰ ਦੀ ਖਾਤਰ ਪੱਗ ਵਿੱਚ ਉਹ ਨੀਚ ਕਮੀਨਾ ਅਤੇ ਠੱਗਿਆ, ਹੈ ਨਾ, ਜ਼ਰ ਪੈਸੇ ਨੂੰ ਕਹਿੰਦੇ ਜ਼ਰ, ਹੈ ਨਾ, ਕਹਿੰਦਾ ਜਿਹੜਾ ਜ਼ਰ ਦੀ ਖਾਤਰ ਪੱਗ ਵਿੱਚ ਉਹ ਨੀਚ ਕਮੀਨਾ ਅਤੇ ਠੱਗਿਆ, ਜਿੱਦਾਂ ਮਾਂ ਨੂੰ ਪਿਆਰੇ ਲਾਲ ਹੁੰਦੇ ਇੱਦਾਂ ਹੀ ਗੈਰਤਮੰਦ ਨੂੰ ਪੱਗਿਆ, ਹੈ ਨਾ। ਸੋ ਪੱਗ ਜਿਹੜੀ ਆ, ਮੈਨੂੰ ਲੱਗਦਾ ਪੱਗ ਨੂੰ ਜੇ ਡਿਸਕ੍ਰਾਈਬ ਕਰਨਾ ਹੋਵੇ ਤਾਂ
ਪੱਗ ਇਸ ਮੁਲਕ ਦੀ ਇੱਜ਼ਤ ਲਪੇਟੀ ਬੈਠੀ ਆਪਣੇ ਅੰਦਰ, ਹੈ ਨਾ। ਜਿਹੜੀ ਪੱਗ ਹੈ, ਪੱਗ ਕੋਈ ਲੋਕਾਂ ਵਾਸਤੇ ਇਹ 7 ਮੀਟਰ ਦਾ ਕੱਪੜਾ ਹੋਊਗਾ, ਪਰ ਸਾਨੂੰ ਪਤਾ ਹੈ ਕੀ ਆ, ਹੈ ਨਾ। ਇਹ ਪੱਗ ਐਵੇਂ ਨਹੀਂ ਮਿਲੀ, ਬੜੀਆਂ ਕੁਰਬਾਨੀਆਂ ਨਾਲ ਮਿਲੀ ਹੈ। ਪਤਾ ਨਹੀਂ ਕਿੰਨੇ ਕੁ ਸਿਰ ਵੱਢੇ ਗਏ ਆ ਫਿਰ ਇਹ। ਹਾਂ, ਉਦੋਂ ਹੀ ਆਪਣੇ ਆਪ ਨੂੰ, ਉਹਨੂੰ ਪਤਾ ਹੀ, ਉਹਨੂੰ ਆ ਜਿਹੜਾ ਬੰਨਦਾ, ਜਿਹੜਾ ਸਜਾਉਂਦਾ, ਇੱਕ ਹੁੰਦਾ ਬੰਨਣਾ, ਇੱਕ ਹੁੰਦਾ ਸਜਾਉਣਾ। ਮੈਨੂੰ ਲੱਗਦਾ ਅਸੀਂ ਸਜਾਉਂਦੇ ਹਾਂ, ਹੈ ਨਾ। ਅਸੀਂ ਉਹ ਬਾਦਸ਼ਾਹ ਹਾਂ ਜਿਹੜੇ ਰੋਜ਼ ਇੱਕ ਤਾਜ ਸਿਰ 'ਤੇ ਰੱਖਦੇ। ਹਾਂ, ਸਾਨੂੰ 10ਵੇਂ ਪਾਤਸ਼ਾਹ ਨੇ ਬੜੀ ਮਾਣ ਬਖਸ਼ਿਆ ਸਾਨੂੰ ਸਾਰਿਆਂ ਨੂੰ, ਕਿ ਸਾਨੂੰ ਬਾਦਸ਼ਾਹ ਬਣਾਇਆ ਉਹਨੇ। ਇੱਕ ਮੈਂ ਕਿੱਸਾ ਪੜ੍ਹਦਾ ਸੀ ਪਿੱਛੇ ਜੇ, ਕਿ ਇੱਕ ਅੰਗਰੇਜ਼ ਨਾ ਇੱਦਾਂ ਹੀ ਪੋਸਟਡ ਹੋ ਕੇ ਆਇਆ, ਅਤੇ ਉਦੋਂ ਨਵਾਂ ਨਵਾਂ ਪੰਜਾਬ ਟੇਕ ਓਵਰ ਹੋਇਆ ਸੀਗਾ, ਰਣਜੀਤ ਦਲੀਪ ਸਿੰਘ ਤੋਂ ਬਾਅਦ ਨਵਾਂ ਨਵਾਂ ਟੇਕ ਓਵਰ ਹੋਇਆ ਸੀ। ਅਤੇ ਸਤਲੁਜ ਤੋਂ ਇੱਧਰਲਾ ਇਲਾਕਾ ਵੀ, ਸਤਲੁਜ ਤੋਂ ਇੱਧਰਲਾ ਇਲਾਕਾ ਪਹਿਲਾਂ ਪੰਜਾਬ ਰਣਜੀਤ ਸਿੰਘ ਦੇ ਰਾਜ 'ਚ ਨਹੀਂ ਸੀ ਆਉਂਦਾ, ਇਹ ਗੋਰਿਆਂ ਦੇ ਰਾਜ 'ਚ ਆਉਂਦਾ। ਫੁਲਕੀਆ ਰਿਆਸਤ ਇਹ ਜਿੰਨੀਆਂ ਵੀ ਇੱਧਰ ਵਾਲੀਆਂ, ਇਹ ਪਟਿਆਲਾ ਘਰਾਣਾ, ਇਹ ਸਭ ਅੰਗਰੇਜ਼ਾਂ ਦੇ ਅੰਡਰ ਹੀ ਸੀਗੇ। ਜਦੋਂ ਟੇਕ ਓਵਰ ਹੋਇਆ ਅਤੇ ਕਸੂਰ ਵੱਲ ਦੀ ਗੱਲ ਹੈ, ਤਾਂ ਉਹਨਾਂ ਦੀਆਂ ਗਲੀਆਂ ਦੇ ਵਿੱਚੋਂ ਆਪਣੀ ਬੱਗੀ 'ਤੇ ਬੈਠਾ ਤੁਰਿਆ ਜਾਵੇ ਅੰਗਰੇਜ਼ ਨਾਲ ਉਹਦੀ ਘਰ ਵਾਲੀ, ਨਵਾਂ ਨਵਾਂ ਪੋਸਟਡ ਹੋਇਆ ਸੀਗਾ ਕੈਲਕਟਾ ਵਾਲੇ ਪਾਸਿਓਂ ਇੱਧਰ, ਉਹਦੇ ਨਾਲ ਸਿਪਾਹੀ ਸੀ, ਗੋਰੇ ਸਿਪਾਹੀ ਗੋਰੇ ਜਾਣ, ਜਦੋਂ ਬਾਜ਼ਾਰਾਂ ਦੇ ਵਿੱਚੋਂ ਲੰਘੇ ਅਤੇ ਲੋਕ ਸਿਰ ਝੁਕਾਉਣ ਉਹਦੇ ਅੱਗੇ, ਜਿੰਨੇ ਵੀ ਸੱਜੇ ਖੱਬੇ ਬਾਜ਼ਾਰ 'ਚ ਖਲੋਤੇ ਸੀ, ਤਾਂ ਉਹਨੇ ਕਿਹਾ ਵੀ ਦੀਜ਼ ਆਰ ਸਲੇਵਸ, ਇਹ ਰੁਤਬਾ ਆਪਣਾ, ਦੇਖ ਇੱਧਰ। ਉਹਦੀ ਵਾਈਫ ਬੜਾ ਖੁਸ਼ ਹੋਈ। ਅਚਾਨਕ ਉਹ ਸਿਰ ਉੱਪਰ ਨੂੰ ਹੋਣ ਲੱਗ ਗਏ, ਜਿਹੜੇ ਝੁਕੇ ਸੀ, ਜਿਹੜੇ ਗੋਡਿਆਂ ਬਾਹਰ ਬੈਠੇ ਸੀ, ਉਹ ਉੱਪਰ ਨੂੰ ਉੱਠਣ ਲੱਗ ਗਏ। ਉਹਨੇ ਕਿਹਾ ਵੀ ਉੱਪਰ ਉੱਠਣ ਲੱਗ ਗਏ, ਕੀ ਹੋਇਆ? ਜਦੋਂ ਧਿਆਨ ਪਿਆ ਤਾਂ ਸਾਹਮਣੇ ਗਲੀ ਤੋਂ, ਨਾ ਸਾਹਮਣੇ ਮੋੜ ਦੇ ਉੱਤੋਂ ਇੱਕ ਨਿਹੰਗ ਸਿੰਘ ਮੁੜਿਆ, ਉਹਨੇ ਨੇਜਾ ਆਪਣੀ ਰਕਾਬ 'ਚ ਫਸਾਇਆ ਹੈ ਘੋੜੇ ਦੀ, ਹੈ ਨਾ, ਸ਼ਸਤਰ ਵਸਤਰ ਪਹਿਣੇ, ਮੂੰਗੇ ਵਾਲਾ ਦਮਾਲਾ ਬੰਨਿਆ ਉਹਨੇ, ਅਤੇ ਘੋੜੇ 'ਤੇ ਤੁਰਿਆ ਆਵੇ ਸਾਹਮਣੇ। ਤਾਂ ਉਹਦੀ ਵਾਈਫ ਨੇ ਕਿਹਾ ਗੋਰੀ ਨੂੰ ਵੀ, ਉਹ ਦੇਖ ਸਾਹਮਣੇ, ਉਹਦੇ ਵੱਲ ਵੇਖ ਕੇ, ਅਤੇ ਉਹ ਕੌਣ ਆ? ਉਹਨੇ ਆਪਣੇ ਅਰਦਲੀ ਨੂੰ ਕਿਹਾ ਵੀ ਉਹ ਕੌਣ ਆ, ਪਤਾ ਕਰਕੇ ਆ। ਬੱਗੀ ਰੁਕੀ, ਉਹ ਗਿਆ ਪਤਾ ਕਰਨ, ਉਹਨੇ ਕਿਹਾ ਵੀ ਹੂ ਆਰ ਯੂ? ਹੁਣ ਅੰਗਰੇਜ਼ੀ ਕਿੱਥੇ ਆਉਂਦੀ ਨਿਹੰਗ ਸਿੰਘ ਨੂੰ? ਨਾਲ ਇੰਟਰਪ੍ਰੇਟਰ ਸੀਗਾ, ਉਹਨੇ ਕਿਹਾ ਵੀ ਪੁੱਛਦਾ ਵੀ ਤੂੰ ਕੌਣ ਆ? ਹੁਣ ਉਹਨੇ ਤਰਕਾਬ ਫਸਾਈ, ਉਹਨੇ ਨਿਗਾਹ ਹੀ ਨਹੀਂ ਮਿਲਾਈ ਉਹਨਾਂ ਨਾਲ ਵੀ ਤੁਸੀਂ ਕੌਣ ਹੋ। ਉਹ ਵੀ ਘੋੜੇ 'ਤੇ ਹੀ ਸੀਗੇ, ਉਹ ਆਪਣੇ ਸਰੂਰ 'ਚ ਹੀ ਬੋਲਿਆ, ਕਹਿੰਦਾ ਅਸੀਂ ਬਾਦਸ਼ਾਹ ਇੱਥੋਂ ਦੇ। ਉਹ ਕਹਿੰਦਾ ਜੀ, ਇਹ ਕਹਿੰਦਾ ਅਸੀਂ ਬਾਦਸ਼ਾਹ, ਕਹਿੰਦਾ ਅਸੀਂ ਦਾ ਮਤਲਬ ਇਹਦੇ ਇਕੱਲਾ, ਇਜ਼ ਅਲੋਨ, ਇਹਦੇ ਇਕੱਲਾ ਵਾ, ਇਹ ਅਸੀਂ ਕਿਉਂ ਕਹਿ ਰਿਹਾ ਵਾ ਆਪਣੇ ਆਪ? ਇਟ ਮੀਨਸ ਹੋਰ ਵੀ ਇਹਦੇ ਨਾਲ ਦੇ ਹੈਗੇ। ਉਹਨੇ ਕਿਹਾ ਤੂੰ ਅਸੀਂ ਕਿਉਂ ਕਹਿ ਰਿਹਾ ਆਪਣੇ ਆਪ ਤੇਰੇ ਨਾਲ ਦੇ? ਉਹ ਕਹਿੰਦਾ ਇਕੱਲਾ ਹੀ 1.25 ਲੱਖ ਦੇ ਬਰਾਬਰ। ਬਿਲਕੁਲ, ਇਹ ਰੁਤਬਾ ਸਾਡਾ, ਇਹ ਸਾਡੇ ਖੂਨ 'ਚ ਆ। ਆਪਾਂ ਉਦਾਂ ਵੀ ਅਕਸਰ ਕੋਈ ਵੀ ਗੱਲ ਕਰੇਗਾ, ਅਸੀਂ ਹੈਗੇ ਆ, ਆਪਣੇ ਅਸੀਂ ਪੰਜਾਬੀ, ਮਾਣ ਹੈ ਸਾਨੂੰ। ਉਹ ਕਹਿੰਦਾ ਵੀ ਇਕੱਲਾ ਹੀ 1.25 ਲੱਖ ਦੇ ਬਰਾਬਰ। ਉਹ ਕਹਿੰਦਾ ਮੈਂ ਇਕੱਲਾ ਹੀ 1.25 ਲੱਖ ਹਾਂ। ਕਹਿੰਦਾ ਮੀਨਸ? ਕਹਿੰਦਾ 1,25,000 ਦੇ ਬਰਾਬਰ ਇਕੱਲਾ ਹੀ ਹੈ। ਕਹਿੰਦਾ ਉਹ ਘੋੜਾ ਖਿੱਚ ਕੇ ਵਾਪਸ ਗਿਆ। ਉਹ ਕਹਿੰਦਾ ਜੀ, ਉਹ ਕਹਿੰਦਾ ਮੈਂ ਬਾਦਸ਼ਾਹ ਇੱਥੋਂ ਦਾ, ਬਟ ਟ੍ਰੀਟੀ ਦੇ ਮੁਤਾਬਕ ਤਾਂ ਬਾਦਸ਼ਾਹੀ ਸਿਸਟਮ ਖਤਮ ਹੋ ਗਿਆ, ਇੱਥੇ ਰਾਣੀ ਦਾ ਕਬਜ਼ਾ। ਹੁਣ ਉਹ ਉੱਤਰ ਕੇ ਆਇਆ, ਉਹਨੇ ਜਾ ਕੇ ਗੱਲ ਵੀ, ਮੈਨੂੰ ਤਾਂ ਰਾਣੀ ਨੇ ਬਾਦਸ਼ਾਹ ਬਣਾਇਆ ਇੱਥੋਂ ਦਾ, ਮੈਨੂੰ ਤਾਂ ਰਾਣੀ ਨੇ ਬਾਦਸ਼ਾਹ ਬਣਾਇਆ, ਤੈਨੂੰ ਬਾਦਸ਼ਾਹ ਕਿੰਨੇ ਬਣਾਇਆ? ਉਹਨੇ ਪਹਿਲੀ ਵਾਰ ਨਿਗਾਹ ਮਿਲਾਈ ਕਿਸੇ ਗੋਰੇ ਨਾਲ। ਉਹ ਕਹਿੰਦਾ ਤੈਨੂੰ ਰਾਣੀ ਨੇ ਬਣਾਇਆ? ਕਹਿੰਦਾ ਹਾਂ। ਤੈਨੂੰ ਕਿੰਨੇ ਬਣਾਇਆ? ਕਹਿੰਦਾ ਉਹਨੇ ਨੇਜਾ ਕੱਢਿਆ ਰਕਾਬ ਦੇ ਵਿੱਚੋਂ,
ਕਹਿੰਦਾ ਉਸ ਸਮਾਨ ਤੋਂ ਲੈ ਕੇ ਮਾਰ ਕੇ ਨੇਜਾ ਜ਼ਮੀਨ, ਕਹਿੰਦਾ ਇਹ ਜ਼ਮੀਨ ਤੱਕ ਜਿਹਦੀ ਮਲਕੀਅਤ ਹੈ ਨਾ ਮੈਨੂੰ ਉਹਨੇ ਬਾਦਸ਼ਾਹ ਬਣਾਇਆ ਕਹਿੰਦਾ। ਸੋ ਗੱਲ ਇਹ ਆ ਕਿ ਅਸੀਂ ਜੰਮਦੇ ਹੀ ਬਾਦਸ਼ਾਹ, ਉਹ ਦਸਵੇਂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਬਾਦਸ਼ਾਹ ਹੀ ਬਣਾ ਗਿਆ। ਸੋ ਗੱਲ ਇਹ ਆ ਵੀ ਪੱਗ ਦੇ ਉੱਪਰ ਜਦੋਂ ਕਿਤੇ ਡਿਬੇਟ ਕਦੀ ਵੀ ਹੋਊਗੀ, ਮੈਨੂੰ ਨਹੀਂ ਪਤਾ ਲੋਕਾਂ ਦਾ ਕੀ ਮਤਲਬ ਪੱਗ ਨੂੰ ਲੈ ਕੇ ਵਿਚਾਰ ਆ ਜਾਂ ਕੀ, ਮੇਰੇ ਮੁਤਾਬਕ ਤਾਂ ਪੱਗ ਇੱਕ ਇਹੋ ਜਿਹਾ ਇਹੋ ਜਿਹੀ ਚਾਦਰ ਆ ਜਿਹੜੀ ਇਸ ਮੁਲਕ ਦੀ ਇੱਜ਼ਤ ਨੂੰ ਲਪੇਟੀ ਫਿਰਦੀ ਆ ਆਪਣੇ ਬੁੱਕਲ ਦੇ ਵਿੱਚ। ਪੱਗ ਦੀ ਇਹ ਤੋਂ ਵੱਡੀ ਡੈਫੀਨੇਸ਼ਨ ਮੈਨੂੰ ਲੱਗਦਾ ਕੋਈ ਹੋ ਨਹੀਂ ਸਕਦੀ। ਗੱਲ ਅਸੀਂ ਪੰਜਾਬੀ ਮਾਂ ਬੋਲੀ ਦੀ ਕਰ ਲਈਏ, ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਉਨਾ ਮਾਣ ਉਨਾ ਸਤਿਕਾਰ ਹੁਣ ਮਿਲ ਰਿਹਾ ਜੋ ਪਹਿਲੀਆਂ ਸਮਿਆਂ ਦੇ ਵਿੱਚ ਮਿਲਦਾ ਸੀ? ਕਿਉਂਕਿ ਅੱਜ ਕੱਲ੍ਹ ਜੇ ਸਕੂਲ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਪਾਉਂਦੇ ਆ, ਕਹਿੰਦੇ ਕਿ ਅਸੀਂ ਅੰਗਰੇਜ਼ੀ ਸਾਡੇ ਬੱਚਿਆਂ ਨੂੰ ਜ਼ਰੂਰ ਆਉਣੀ ਚਾਹੀਦੀ ਹੈ, ਜੇ ਕਿਸੇ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਤਾਂ ਕਈ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਕਿ ਯਾਰ ਸਾਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਦੇਖੋ ਇਹਦੇ 'ਚ ਨਾ ਸਭ ਤੋਂ ਵੱਡੀ ਗਲਤੀ ਨਾ ਮਾਂ ਪਿਓ ਦੀ ਆ, ਅਸੀਂ ਮਾਡਰਨਾਈਜ਼ ਥੋੜ੍ਹੇ ਜ਼ਿਆਦਾ ਹੋ ਗਏ ਹਾਂ, ਅਸੀਂ ਜੜ੍ਹਾਂ ਨੂੰ ਟੁੱਟ ਕੇ ਅਤੇ ਗਮਲਿਆਂ 'ਚ ਲੱਗ ਗਏ ਸਮਝ ਲਓ ਆ ਕੇ। ਜਿਹੜੀ ਫਸਲ ਅਸੀਂ ਪੈਲੀਆਂ 'ਚ ਲਾਉਣੀ ਸੀ ਉਹ ਗਮਲਿਆਂ 'ਚ ਲਾਉਣ ਲੱਗ ਗਏ ਇੱਕ ਹਿਸਾਬ ਦੀ, ਮਤਲਬ ਸਾਡਾ ਸ਼ਹਿਰੀਕਰਨ ਹੋ ਗਿਆ। ਜਦੋਂ ਅਸੀਂ ਪਿੰਡ ਰਹਿੰਦੇ ਸੀਗੇ ਤਾਂ ਬੱਚੇ ਨੂੰ ਸਿਖਾਉਣ ਵਾਲੇ ਕਈ ਹੱਥ ਹੁੰਦੇ ਸੀ, ਹੈ ਨਾ, 10 ਵਾਰ ਮਾਮੀਆਂ ਚਾਚੀਆਂ ਤਾਈਆਂ ਨੇ ਸਿਰ ਵਾਹੁਣਾ ਉਹਦਾ, ਉਹਨੇ ਕਹਿਣਾ ਤੇਰੀ ਮਾਂ ਨੇ ਮੀਡੀਆਂ ਟੇਡੀਆਂ ਕਰਤੀਆਂ, ਇੱਧਰ ਆ ਮੈਂ ਠੀਕ ਕਰਾਂ, ਅਜੂੜਾ ਕਿੰਨਾ ਕੱਸ ਕੇ ਕੀਤਾ, ਦਿਮਾਗ ਖਰਾਬ ਤੇਰੀ ਮਾਂ ਦਾ, ਇੱਧਰ ਲਿਆ, ਉਹਨੇ ਕਹਿਣਾ ਤਾਈ ਨੇ ਕੀਤਾ, ਤਾਈ ਨੂੰ ਛੱਡ ਇੱਧਰ ਮੈਂ ਢਿੱਲਾ ਕਰਾਂ। ਇੱਕ ਬੱਚੇ ਨੂੰ ਉਹ ਸਾਰੀਆਂ ਜਿਹੜੀਆਂ ਮਾਵਾਂ ਹੀ ਆ, ਉਹ ਸਾਰੀਆਂ ਚਾਹੇ ਚਾਚੀਆਂ ਭੂਆ ਜੋ ਵੀ ਆ, ਮਾਂ ਦਾ ਹੀ ਰੁਤਬਾ ਰੱਖਦੀਆਂ ਉਹ ਸਾਰੀਆਂ, ਉਹਨੂੰ ਤਰਾਸ਼ਦੀਆਂ ਸੀ ਬੱਚੇ ਨੂੰ, ਉਹ ਹਰ ਇੱਕ ਦੇ ਹੱਥਾਂ 'ਚੋਂ ਲੰਘਦਾ ਸੀਗਾ। ਹੁਣ ਕਜਾ ਆਪਾਂ ਵਗਦਾ ਪਾਣੀ ਉੱਦਾਂ ਭਰ ਕੇ ਪੀ ਲੈਣਾ, ਕਜਾ ਆਪਾਂ ਫਿਲਟਰ 'ਚ ਪਾ ਕੇ, 4-5 ਫਿਲਟਰ ਲੱਗੇ, ਉੱਧਰੋਂ ਫਿਲਟਰ ਹੋਇਆ ਅੱਗੇ ਗਿਆ, ਉੱਧਰੋਂ ਫਿਲਟਰ। ਸੋ ਇਹੀ ਪ੍ਰੋਸੈਸ ਬੱਚਿਆਂ ਦਾ ਸੀਗਾ। ਜਦੋਂ ਉਹਨਾਂ 'ਚੋਂ ਵਿਹਲੇ ਹੁੰਦੇ ਸੀ ਤਾਂ ਤਾਏ ਚਾਚੇ ਘੇਰ ਲੈਂਦੇ ਸੀ, ਇੱਧਰ ਆਓ ਕਿਤੇ ਕੀ ਕਰਦਾ, ਇੱਥੇ ਪੜ੍ਹਨਾ ਕਹਿੰਦੇ ਤੇਰੇ ਪਿਓ ਨੇ, ਚੱਲ ਭੱਜ ਪੜ੍ਹ ਜਾ। ਉਹ ਚੀਜ਼ਾਂ ਖਤਮ ਹੋ ਗਈਆਂ। ਅੱਜ ਕੀ ਹੋ ਗਿਆ, ਇੱਕ ਮਕੈਨੀਕਲ ਜੀ ਲਾਈਫ ਹੋ ਗਈ ਹੈ ਸਾਡੀ। ਸਵੇਰੇ ਉੱਠੇ, ਘੱਟ ਟੂ ਘੱਟ ਟਾਈਮ ਆ, ਬੱਚੇ ਨੂੰ ਤਿਆਰ ਕੀਤਾ, ਬੱਸ 'ਤੇ ਚੜ੍ਹਾਇਆ, 1.5 ਘੰਟਾ ਬੱਚਾ ਬੱਸ 'ਚ ਘੁੰਮਦਾ ਸਕੂਲ ਪਹੁੰਚਣ ਲੱਗਾ, ਹੈ ਨਾ, 1.5 ਘੰਟਾ ਬੱਸ 'ਚ ਘੁੰਮਦਾ, ਗਰਮੀ ਸਰਦੀ ਜੋ ਹੈ ਉਹ ਚੱਲਣਾ, ਸਕੂਲ ਪਹੁੰਚਿਆ, ਉੱਥੇ ਜਾ ਕੇ ਕਦੀ ਇਹ ਨਹੀਂ ਕਦੀ ਵੇਖਿਆ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਮੈਨੂੰ ਯਾਦ ਹੈ, ਠੀਕ ਹੈ ਹਰ ਧਰਮ ਦਾ ਸਤਿਕਾਰ ਹੈ, ਪਰ ਘੱਟੋ ਘੱਟ ਪੰਜਾਬੀ ਖਿੱਤਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਤਾਂ ਪੰਜਾਬੀ ਦੀ ਗੱਲ ਹੋਣੀ ਚਾਹੀਦੀ ਹੈ ਨਾ। ਉੱਥੇ ਪ੍ਰੇਅਰ ਹੀ ਪੰਜਾਬੀ 'ਚ ਨਹੀਂ ਹੁੰਦੀ, ਹੋਰ ਕੀ ਕਰ ਲਉਂਗੇ ਤੁਸੀਂ? ਮੋਢੀ ਵੱਢਤਾ ਤੁਸੀਂ ਜਦੋਂ ਦਿਨ ਦੀ ਸ਼ੁਰੂਆਤ ਹੋਣੀ ਆ। ਚਲੋ ਜਨ ਗਨ ਮਨ ਜਿਹੜਾ ਵਾ ਉਹ ਚਲੋ ਨੈਸ਼ਨਲ ਐਂਥਮ ਹੈ ਨਾ, ਪਰ ਗੁਰਬਾਣੀ ਪਹਿਲਾਂ ਪੜ੍ਹਦੇ ਸੀ ਸਾਰੇ, ਜੋ ਮੰਗੇ ਠਾਕੁਰ ਆਪਣੇ ਅਤੇ ਜਾਂ ਹੋਰ ਜਿੰਨੇ ਵੀ ਸ਼ਬਦ ਸੀਗੇ ਉਹ ਪੜ੍ਹਦੇ ਸੀ। ਉਹ ਤੋਂ ਬਾਅਦ 0 ਪੀਰੀਅਡ ਹੁੰਦਾ ਸੀ ਇੱਕ, ਜਦੋਂ ਉੱਥੇ ਪਹੁੰਚਣਾ ਕਲਾਸ ਦੇ ਵਿੱਚ, ਨਿੱਕੇ ਨਿੱਕੇ ਸਪੀਕਰ ਸਾਰੀ ਕਲਾਸ 'ਚ ਲੱਗੇ ਹੁੰਦੇ ਸੀਗੇ, ਅਤੇ ਪ੍ਰਿੰਸੀਪਲ ਦੇ ਆਫਿਸ ਦੇ ਬਾਹਰ ਖਲੋ ਕੇ ਇੱਕ ਕੁੜੀ ਜਾਂ ਮੁੰਡਾ ਮਾਈਕ ਲੈ ਕੇ ਕਿ ਜਪਜੀ ਸਾਹਿਬ ਦਾ ਪਾਠ ਪੜ੍ਹਦਾ ਸੀ ਸਕੂਲ, ਪਹਿਲਾ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਸਾਰਾ ਸਕੂਲ ਜਪਜੀ ਸਾਹਿਬ ਦਾ ਪਾਠ ਕਰਦਾ ਸੀ। ਉਹ ਕਲਚਰ ਹੀ ਖਤਮ ਹੋ ਗਿਆ। ਉਹ ਕਿੰਨੇ ਖਤਮ ਕੀਤਾ, ਹੌਲੀ 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 ਕਿੱਧਰ ਗਿਆ? ਮੈਨੂੰ ਲੱਗਦਾ ਕਿ ਸ਼ਾਇਦ ਆਪਣੀਆਂ ਜੜ੍ਹਾਂ ਸੀ ਆਪ ਹੀ ਮੈਂ ਮਾਡਰਨਾਈਜ਼ ਹੋਈ ਜਾਂਦੇ ਨਾ, ਅਸੀਂ ਅਪਗ੍ਰੇਡ ਹੋਈ ਜਾਂਦੇ ਹਾਂ। ਬੱਚਿਆਂ ਨੂੰ ਕੌਨਵਰਟ 'ਚ ਪਾਓ, ਕੌਨਵਰਟ ਮਾੜਾ ਨਹੀਂ ਹੈ, ਕੌਨਵਰਟ ਦੇ ਵਿੱਚ ਉਹਨਾਂ ਦੇ ਆਪਣੇ ਡਿਸਿਪਲਿਨ ਨੇ, ਠੀਕ ਆ। ਸਾਡੀ ਗਲਤੀ ਕਿੱਥੇ ਆ? ਸਾਡਾ
ਜਿਹੜੇ ਸਾਡੀ ਕੌਮ ਦੇ ਆਗੂ ਨੇ ਉਹਨਾਂ ਦੀ ਗਲਤੀ ਆ ਜਿਨ੍ਹਾਂ ਦੇ ਹੱਥ ਅਸੀਂ ਇਸ ਖਿੱਤੇ ਦੀ ਬਾਗਡੋਰ ਫੜਾਈ ਆ ਉਹਨਾਂ ਦੀ ਗਲਤੀ ਆ। ਹਰ ਸਟੇਟ ਆਪਣਾ ਰੂਲ ਆਪ ਬਣਾਉਂਦੀ ਆ, ਸਾਡੀ ਸਟੇਟ ਦੇ ਬੰਦੇ ਸਾਡਾ ਰੂਲ ਕਿਉਂ ਨਹੀਂ ਬਣਾਉਂਦੇ, ਕਿਉਂ ਨਹੀਂ ਕਹਿੰਦੇ ਵੀ ਭਾਵੇਂ ਕੌਨਵਰਟ ਹੈ, ਭਾਵੇਂ CBSE ਹੈ, ਭਾਵੇਂ ਪੰਜਾਬ ਬੋਰਡ ਹੈ, ਹਿੰਦੀ ਬੋਰਡ ਹੈ, ਜਿਹੜਾ ਮਰਜ਼ੀ ਆ, ਜਿਹੜਾ ਸਕੂਲ ਪੰਜਾਬ ਦੇ ਬਾਰਡਰ ਦੇ ਅੰਦਰ ਖੁੱਲ੍ਹ ਗਿਆ ਉਹਦੇ 'ਚ ABC ਬਾਅਦ ਵਿੱਚ ਪਹਿਲਾਂ ਉੜੈੜਾ ਲੱਗਣਾ ਲਾਜ਼ਮੀ ਆ। ਨਹੀਂ ਜੇ ਤੁਹਾਨੂੰ ਚੰਗਾ ਲੱਗਦਾ ਉੜੈੜਾ ਇੱਥੇ ਤਾਂ ਤੁਸੀਂ ਨਾਲ ਦੀ ਸਟੇਟ 'ਚ ਪਾ ਲਓ ਲਿਆਉਣਾ ਆਪਣਾ, ਵੀ ਅਸੀਂ ਨਹੀਂ ਪਾਉਣਾ ਵੀ ਸਕੂਲ। ਪਰ ਸਰਕਾਰ ਦਾ ਫਰਜ਼ ਤਾਂ ਬਣਦਾ ਨਾ ਕਿ ਮਾਂ ਬੋਲੀ ਭਾਸ਼ਾ ਸਾਡੀ ਹੈ। ਆਹ ਨਾਲ ਦੀ ਸਟੇਟ ਦੀ ਸੈਕਿੰਡ ਲੈਂਗੁਏਜ ਤਮਿਲ ਆ ਹਰਿਆਣਾ ਦੀ, ਮੈਨੂੰ ਤਾਂ ਹੁਣ ਪਿਛਲੇ ਮਹੀਨੇ ਪਤਾ ਲੱਗੇ ਸੈਕਿੰਡ ਲੈਂਗੁਏਜ ਤਮਿਲ ਕਿੱਥੇ ਉਹ ਹਜ਼ਾਰਾਂ ਮੀਲ ਦੂਰ ਬੈਠਾ ਇੱਥੋਂ, ਅਤੇ ਆਹ ਨਾਲ ਦੀ ਸਾਡੇ 'ਚੋਂ ਨਿਕਲਿਆ ਹੋਇਆ ਸਟੇਟ ਅਤੇ ਪੰਜਾਬੀ ਹੈ ਹੀ ਨਹੀਂ ਹਿਮਾਚਲ 'ਚ, ਤੀਜੀ ਕਿ ਚੌਥੀ ਪਤਾ ਨਹੀਂ ਦੂਜੀ ਤੀਜੀ ਹੈ ਨਾ। ਜੰਮੂ ਕਸ਼ਮੀਰ ਵਾਲੇ ਪੰਜਾਬੀ ਨੂੰ ਮੰਨਦੇ ਹੀ ਨਹੀਂ, ਬੋਲੀ ਨਹੀਂ ਮੰਨਦੇ, ਹਾਲਾਂਕਿ ਪੰਜਾਬੀ ਦੀ ਉਪ ਬੋਲੀ ਬੋਲੀ ਜਾਂਦੀ ਉੱਥੇ, ਪੰਜਾਬੀ ਦੀ ਡੋਗਰੇ ਨੇ ਉਹ ਪੰਜਾਬੀ ਦੀ ਉਪ ਬੋਲੀ ਆ, ਪੰਜਾਬੀ ਦੀਆਂ ਕਈ ਉਪ ਬੋਲੀਆਂ ਨੇ। ਅਸੀਂ ਹੁਣ ਦੇਖ ਰਹੇ ਹਾਂ ਲਗਾਤਾਰ ਜਿਵੇਂ ਆਮ ਵੀ ਬੋਲਦੇ ਹਾਂ, ਸਾਡੇ ਜਿਹੜੇ ਪੁਰਾਣੇ ਸ਼ਬਦ ਹੁੰਦੇ ਸੀ ਅਸੀਂ ਉਹ ਭੁੱਲਦੇ ਜਾ ਰਹੇ ਹਾਂ। ਗੱਲ ਉਹ ਹੀ ਹੈ ਜੀ, ਇੱਕ ਇੱਕ ਅੱਖਰ ਦਾ ਮਰ ਜਾਣਾ, ਇੱਕ ਭਾਸ਼ਾ ਭਾਸ਼ਾ ਮਾਂ ਆ, ਇੱਕ ਅੱਖਰ ਦਾ ਮਰ ਜਾਣਾ, ਇੱਕ ਇੱਕ ਮਾਂ ਦਾ ਬੱਚਾ ਮਰ ਗਿਆ ਸਮਝ ਲਓ, ਇੱਕ ਲਫ਼ਜ਼ ਦਾ ਮਰ ਜਾਣਾ ਭੁੱਲ ਜਾਣਾ। ਹੁਣ ਆਪਾਂ ਕਹਿ ਦਿੰਦੇ ਹਾਂ ਵੀ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਲੋਡਾ ਵੇਲਾ, ਪਤਾ ਹੀ ਨਹੀਂ ਕਿਸੇ ਨੂੰ ਲੋਡਾ ਵੇਲਾ ਕੀ ਹੁੰਦਾ ਹੈ ਨਾ, ਪਤਾ ਹੀ ਨਹੀਂ। ਪ੍ਰਭਾਤ ਸਵੇਰ, ਪਤਾ ਹੀ ਨਹੀਂ, ਅੱਖਰ ਹੀ ਮਰ ਗਏ ਆ। ਮੋਰਨਿੰਗ, ਮੋਰਨਿੰਗ ਹੀ ਸ਼ੁਰੂ ਕਰ ਲਿਆ। ਮਤਲਬ ਪੰਜਾਬੀ ਮਾਂ ਬੋਲੀ ਸਾਡੀ ਮਾਂ ਆ ਅਤੇ ਇਹਦੇ ਜਿਹੜੇ ਅੱਖਰ ਨੇ ਉਹਦੇ ਬੱਚੇ ਆ, ਅਤੇ ਆਪਾਂ ਬੱਚੇ ਮਾਰੀ ਜਾਂਦੇ ਉਹਦੇ, ਆਪਣੇ ਹੱਥੀਂ ਮਾਰੀ ਜਾਂਦੇ ਆਪਣੇ। ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਲੋਕ ਤਾਂ ਭੇਡ ਚਾਲ ਹੈ, ਲੋਕ ਤਾਂ ਮਾਡਰਨਾਈਜ਼ ਹੋਣਗੇ, ਲੋਕ ਤਾਂ ਮੈਨੂੰ ਘੇਰ ਦਿੰਦੇ ਭਾਅ ਜੀ ਤੁਸੀਂ ਆਹ ਥੱਲੇ ਆ ਲੋਅਰ ਪਾਇਆ, ਗੁੱਚੀ ਦਾ ਆਹ ਫਲਾਣੀ ਆਦੀ ਪਾਈ, ਅੰਡਰ ਆਰਮਰ ਦੀ ਉੱਤੋਂ ਭਾਅ ਜੀ ਲੋਈ ਦੀ ਬੁੱਕਲ ਮਾਰ ਲਈ ਆ, ਭਾਅ ਜੀ ਆਹ ਕੀ ਕੰਬੀਨੇਸ਼ਨ ਹੋਇਆ। ਹੁਣ ਕੀ ਸਮਝਾਵੇ ਉਹਨਾਂ ਨੂੰ ਵੀ ਕੀ ਕੰਬੀਨੇਸ਼ਨ ਆ, ਵੀ ਠੀਕ ਹੈ ਯਾਰ ਵੀ ਉਹ ਠੀਕ ਆ, ਅੱਜ ਕੱਲ੍ਹ ਦੀ ਰਵਾਇਤ ਆ ਪਾ ਲਏ ਕੱਪੜੇ ਯਾਰ, ਵੀ ਜਿਹੜਾ ਕਲਚਰ ਤੁਸੀਂ ਵੇਅਰ ਕਰ ਸਕਦੇ ਹੋ ਉਹ ਤਾਂ ਵੇਅਰ ਕਰੋ। ਮੇਰੀ ਮਰਜ਼ੀ, ਮੇਰਾ ਸ਼ੌਂਕ ਹੈ ਲੋਈ ਲੈਣਾ, ਮੇਰਾ ਦੋਸਤ ਹੈ ਗਿਆਨੀ ਉਹਦੇ ਸ਼ੌਂਕ ਹੈ ਉਹਦਾ ਲੋਈ ਲੈਣਾ, ਮੇਰੇ ਖਿਆਲ 20-25 ਲੋਈਆਂ ਹੋਣੀਆਂ ਉਹਦੇ ਕੋਲ ਭਾਂਤ ਭਾਂਤ ਦੀਆਂ, ਮਹਿੰਗੀ ਤੋਂ ਮਹਿੰਗੀ, ਉਹਦਾ ਸ਼ੌਂਕ ਹੈ। ਹੁਣ ਸ਼ੌਂਕ ਭਾਵੇਂ ਸ਼ੌਂਕ ਕਹਿ ਲਓ ਮੇਰਾ, ਭਾਵੇਂ ਮੇਰੀ ਜ਼ਿੰਮੇਵਾਰੀ ਕਹਿ ਲਓ ਕਿ ਯਾਰ ਮੈਂ ਕਿਤੇ ਨਾ ਕਿਸੇ ਲੈਵਲ 'ਤੇ ਕਲਚਰ ਨੂੰ ਅਡੋਪਟ ਕਰਕੇ ਰੱਖਦਾ। ਜੇ ਮੈਂ ਪੱਗ ਬੰਨਦਾ ਤਾਂ ਮੈਂ ਲੋਈ, ਫਿਰ ਤੁਸੀਂ ਮੈਨੂੰ ਇਹ ਵੀ ਕਹੋਗੇ ਵੀ ਛੱਡੋ ਕਿਹੜੀ ਪੱਗ ਪੁੱਗ ਬੰਨੀ ਫਿਰਦੇ, ਟੋਪੀ ਟੂਪੀ ਪਾਇਆ ਕਰੋ। ਲੋਕਾਂ ਨੇ ਤਾਂ ਕਹੀ ਜਾਣਾ, ਲੋਕਾਂ ਦਾ ਮੂੰਹ ਨਹੀਂ ਫੜ ਲੈਣਾ, ਪਰ ਸਾਡਾ ਫਰਜ਼ ਕੀ ਬਣਦਾ? ਮੇਨ ਸੋਚਣ ਵਾਲੀ ਗੱਲ ਉਹ ਆ, ਸਰਕਾਰਾਂ ਦਾ ਫਰਜ਼ ਹੀ ਉਹ, ਸਰਕਾਰਾਂ ਨੂੰ ਸੋਚਣ ਵਾਲੀ ਗੱਲ ਇਹ ਆ। ਅੱਛਾ, ਅਸੀਂ ਅਕਸਰ ਤੁਹਾਡੀਆਂ ਰੀਲਾਂ ਵੇਖਦੇ ਹਾਂ, ਜੋ ਤੁਹਾਡੇ ਵੱਲੋਂ ਸ਼ਬਦ ਬੋਲੇ ਜਾਂਦੇ ਆ ਉਹ ਤੁਹਾਡੇ ਜ਼ਿਹਨ 'ਚੋਂ ਨਿਕਲਣ ਵਾਲੀ ਹਰ ਇੱਕ ਗੱਲ, ਕਿਉਂਕਿ ਅੱਜ ਤੋਂ ਲੈ ਕੇ ਬੜੇ ਚਿਰਾਂ ਤੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋ, ਬੜਾ ਕੁਝ ਤੁਸੀਂ ਸਿੱਖਿਆ ਹੋਏਗਾ ਇਸ ਲਾਈਨ ਦੇ ਵਿੱਚ, ਉੱਥੋਂ ਸਾਰਾ ਕੁਝ ਸਿੱਖਿਆ ਇਹ ਤੁਹਾਡੇ ਬੋਲ ਬਣ ਰਹੇ ਨੇ ਜਾਂ ਕੁਛ ਹੋਰ? ਦੇਖੋ ਜੀ, ਕੁਝ ਥੋਟਸ ਤੇ ਦਿਨੇ ਵੇਖੀ ਦੇ ਨੇ, ਦਿਨਚਰਿਆ ਵੇਖੀ ਦੀ, ਲੋਕਾਂ ਦੀ ਗੱਲਬਾਤ ਵੇਖੀ ਦੀ ਹੈ, ਅਤੇ ਸ਼ਾਮ ਨੂੰ ਲਫ਼ਜ਼ਾਂ 'ਚ ਪਰੋ ਲਈ ਦੀ ਆ। ਕੁਝ ਲਫ਼ਜ਼ ਸੱਜਣ ਮਿੱਤਰ ਭੇਜ ਦਿੰਦੇ ਨੇ, ਭਾਅ ਜੀ ਆਹ ਲਿਖਿਆ ਇਹਨੂੰ ਥੋੜ੍ਹਾ ਜਿਹਾ ਕਰੈਕਟ ਕਰ ਲਿਓ ਯਾਰ, ਵੀ ਸਾਨੂੰ ਲੱਗਦਾ ਆਹ ਮੀਨਿੰਗ ਹੋਣਾ ਚਾਹੀਦਾ ਪਰ ਮੀਨਿੰਗ ਜਿਹਾ ਨਹੀਂ ਬਣ ਰਿਹਾ, ਕੁਛ ਉੱਦਾਂ ਬੋਲ ਲਈਦੇ ਆ। ਕੁਝ ਥੋਟਸ ਕੋਈ ਰਾਈਟਰਸ ਭੇਜ ਦਿੰਦੇ ਨੇ ਜਿਹਨੇ ਇਹਦਾ ਲਿਖਿਆ ਯਾਰ ਵੀ ਤੇਰੇ ਮਤਲਬ ਦਾ ਆ, ਇਹਨੂੰ ਬੋਲ ਲਈ ਹੈ ਨਾ।
ਸੋ ਇੱਦਾਂ ਰਲ ਮਿਲ ਕੇ ਜੇ ਚੱਲੀ ਜਾਂਦਾ। ਬਟ ਜ਼ਿਆਦਾਤਰ ਥੋਟਸ ਜਿਹੜੇ ਉਹ ਮੈਂ ਲਿਖਦਾ ਜੀ, ਮੈਂ ਲਿਖੇ ਪਏ ਵੀ ਆ ਮੇਰੇ ਕੋਲ ਬਹੁਤ ਜ਼ਿਆਦਾ, ਅਤੇ ਲਿਖਦਾ ਵੀ ਹਾਂ। ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ, ਗੱਲਾਂ ਬਹੁਤ ਵੱਡੀਆਂ ਨਹੀਂ ਹੁੰਦੀਆਂ, ਦੋ ਦੋ ਲਾਈਨਾਂ ਦੀਆਂ ਗੱਲਾਂ ਹੁੰਦੀਆਂ ਨੇ। ਬਟ ਉਹ ਹੈ ਵੀ ਉਹ ਲਫਜ਼ਾਂ 'ਚੋਂ ਲਫਜ਼ ਨਿਕਲਦੇ ਆਉਂਦੇ, ਲਫਜ਼ਾਂ 'ਚੋਂ ਲਫਜ਼ ਨਿਕਲਦੇ ਆਉਂਦੇ। ਜਿੱਦਾਂ ਉਹ ਸੀਗੀ ਵੀ ਇਨਸਾਨ ਸਾਰੀ ਜ਼ਿੰਦਗੀ ਰਾਹਾਂ 'ਤੇ ਘੁੰਮਦਾ, ਪਰ ਜਦੋਂ ਤੱਕ ਇਹਨਾਂ ਰਾਹਾਂ ਦੀ ਸਮਝ ਆਉਂਦੀ ਆ ਉਦੋਂ ਵਾਪਸ ਮੁੜਨ ਦਾ ਵਕਤ ਹੋ ਜਾਂਦਾ। ਸੋ ਗੱਲਾਂ ਨਿੱਕੀਆਂ ਨਿੱਕੀਆਂ ਸੀਗੀਆਂ। ਉਹ ਇੱਦਾਂ ਹੀ ਸੱਜਣ ਸਿੰਘ ਦੀ ਛੱਲੇ ਦੀ ਸ਼ੂਟਿੰਗ ਚੱਲੀ ਜਾਂਦੀ ਸੀ, ਅਤੇ ਕੁਰਾਲੀ ਸਵੇਰੇ ਸ਼ੂਟਿੰਗ ਕਰਕੇ 4 ਵਜੇ ਦਾ ਕਾਲ ਟਾਈਮ ਸੀਗਾ ਸ਼ੂਟ ਕਰਕੇ, ਅਤੇ 8 ਵਜੇ ਸਵੇਰੇ 3-4 ਘੰਟੇ ਦਾ ਹੀ ਸ਼ੂਟ ਸੀਗਾ। ਮੈਂ ਅਤੇ ਮਨਪ੍ਰੀਤ ਸੀ, ਦੋਵੇਂ ਜਣੇ ਸੀ ਵਾਪਸ ਆ ਰਹੇ, ਅਤੇ ਮੈਂ ਕਿਹਾ ਅੱਜ ਕੁਰਾਲੀ ਤੋਂ ਦਫ਼ਤਰ ਹੀ ਨਹੀਂ ਆਉਣਾ, ਸਾਹਮਣੇ ਔਫਿਸ ਸਾਡਾ 69 ਜੀ ਔਫਿਸ ਹੈ, ਮੈਂ ਕਿਹਾ ਅੱਜ ਔਫਿਸ ਹੀ ਨਹੀਂ ਆਉਣ ਡਿਆ। ਅਤੇ ਮੈਂ ਕਿਹਾ ਜਦ ਤੱਕ ਆਪਾਂ ਪਹੁੰਚਣਾ ਨਾ ਔਫਿਸ, ਉਹਨੇ ਮੈਂ ਇਹਨਾਂ ਨੇ ਸਾਡੇ ਸਿਰ ਤੁਹਾਡੇ ਤੋਂ ਪਹਿਲਾਂ ਸਾਡੇ ਨਾਲ ਹੀ ਇਹਨਾਂ ਨੇ ਪਹੁੰਚ ਜਾਣਾ, ਮਗਰ ਇੰਨੀ ਨੂੰ ਮੈਂ ਕਿਹਾ ਅਗਲਾ ਕੰਮ ਸ਼ੁਰੂ ਹੋ ਜਾਣਾ। ਕਹਿੰਦਾ ਭਾਅ ਜੀ ਗੱਲ ਕਿੰਨੀ ਵਧੀਆ, ਵੇਖੋ ਵੀ ਸਾਰੀ ਜ਼ਿੰਦਗੀ ਰਾਹਾਂ 'ਤੇ ਫਿਰਦੇ ਰਹੇ ਹਾਂ, ਵੀ ਜਦੋਂ ਕਹਿੰਦਾ ਇਹਨਾਂ ਰਾਹਾਂ ਦੀ ਸਮਝ ਆਉਣੀ ਆ ਉਦੋਂ ਕਹਿੰਦਾ ਵੀ ਅਗਲੀ ਸ਼ੂਟਿੰਗ ਦਾ ਟਾਈਮ ਹੋ ਜਾਣਾ। ਉੱਥੋਂ ਬੈਠਿਆਂ ਥੋਟ ਬਣ ਗਿਆ, ਮੈਂ ਕਿਹਾ ਵੀ ਜੇ ਆਪਾਂ ਬੰਦੇ ਦੀ ਜ਼ਿੰਦਗੀ 'ਤੇ ਲਾ ਕੇ ਚੱਲੀਏ, ਬੰਦਾ ਸਾਰੀ ਜ਼ਿੰਦਗੀ ਰਾਹਾਂ 'ਚ ਭਟਕਦਾ ਰਹਿੰਦਾ, ਇੱਧਰ ਭੱਜ ਉੱਧਰ ਭੱਜ ਉੱਧਰ, ਜਦੋਂ ਸਮਝ ਲੱਗਣ ਲੱਗਦੀ ਵੀ ਇਹਨਾਂ ਰਾਹਾਂ 'ਚ ਕੁਛ ਨਹੀਂ ਰੱਖਿਆ ਉਦੋਂ ਤੱਕ ਸੁਣਾ ਆ ਜਾਂਦਾ ਵੀ ਆ ਜਾ। ਤਾਂ ਉੱਥੇ ਬੈਠਾ ਥੋਟ ਬਣ ਗਿਆ, ਐਂ ਟੀਮ ਜੀ ਨਾਲ ਰਲ ਮਿਲ ਕੇ ਸਾਰੇ ਜਣੇ ਜੇ ਅਸੀਂ ਬਣਾ ਬਣ ਰਹਿੰਦੇ ਜੀ। ਬੜਾ ਤੁਸੀਂ ਲਿਖਦੇ ਹੋ ਹੈ ਨਾ, ਤੁਹਾਡੇ ਤੋਂ ਸਿੱਖਣ ਨੂੰ ਵੀ ਬੜਾ ਕੁਛ ਮਿਲਦਾ। ਅਸਲ 'ਚ ਦੋਸਤੀ ਕੀ ਹੈ, ਦੋਸਤੀ ਕਿਹਨੂੰ ਮੰਨਦੇ ਹੋ? ਦੋਸਤੀ ਮੈਨੂੰ ਐਂ ਲੱਗਦਾ ਵੀ ਦੋਸਤ ਦੀ ਤਾਂ ਡੈਫੀਨੇਸ਼ਨ ਜਿੰਨੀ ਵੀ ਦੇ ਦਿਉ ਉਨੀ ਘੱਟ ਆ, ਪਰ ਮੇਰੇ ਮੰਨਣ 'ਚ ਦੋਸਤੀ ਉਹ ਆ ਕਿ ਪਹਿਲੀ ਗੱਲ ਤਾਂ ਇਹ ਵੀ ਦੋਸਤ ਇੱਕ ਜਾਂ ਦੋ ਹੀ ਹੁੰਦੇ ਆ, ਜ਼ਿਆਦਾ ਦੋਸਤ ਨਹੀਂ ਹੁੰਦੇ ਬੰਦੇ ਦੇ। ਜਿਹਦੇ ਜ਼ਰੂਰਤ ਤੋਂ ਜ਼ਿਆਦਾ ਦੋਸਤ ਹੋਣ ਨਾ, ਇਹਦਾ ਮਤਲਬ ਉਹ ਬੰਦਾ ਮਤਲਬ ਪ੍ਰਸਤਾ। ਦੋਸਤ ਇੱਕ ਤਾਂ ਦੋ ਹੀ ਹੁੰਦੇ ਆ, ਮਿੱਤਰ ਤਾਂ ਹੀ ਬਹੁਤ ਹੋ ਸਕਦੀ, ਭਾਈਚਾਰਾ ਬਹੁਤ ਹੋ ਸਕਦਾ, ਦੋਸਤ ਇੱਕ ਦੋ ਹੀ ਹੁੰਦੇ। ਉਹ ਦੋਸਤ ਉਹ ਆ ਵੀ ਜਿਹਦੇ ਕੋਲ ਤੁਸੀਂ ਬੈਠੇ ਹੋ ਅਤੇ ਤੁਹਾਨੂੰ ਵਕਤ ਦਾ ਪਤਾ ਹੀ ਨਹੀਂ ਲੱਗ ਰਿਹਾ ਬੈਠਿਆਂ ਨੂੰ ਵੀ ਮੈਂ ਇਹਦੇ ਨਾਲ ਬੈਠਾਂ, ਵੀ ਉਹ ਭਾਵੇਂ ਆਪਣੇ ਫੋਨ 'ਤੇ ਲੱਗਾ ਤਾਂ ਮੈਂ ਆਪਣੇ 'ਤੇ ਬੈਠਾਂ, ਪਰ ਉਹ ਨਾਲ ਬਹਿਣ ਦਾ ਮਜ਼ਾ ਆ ਰਿਹਾ, ਉਹ ਬੈਠਾ ਹੀ ਆ ਬਸ, ਇੰਨੀ ਬੜੀ ਵੱਡੀ ਗੱਲ ਆ। ਉਹ ਕਹਿ ਵੀ ਨਹੀਂ ਰਿਹਾ ਕੁਛ, ਕੋਈ ਗੱਲ ਵੀ ਨਹੀਂ ਕਰ ਰਿਹਾ, ਅਤੇ ਉਹਦੇ ਬਹਿਣ ਦਾ ਹੀ ਆਨੰਦ ਆ ਜਿਹੜਾ ਲੱਗ ਗਏ, ਉਹ ਇੱਕ ਦੋਸਤੀ ਦੀ ਫਾਊਂਡੇਸ਼ਨ ਆ। ਬਿਨਾਂ ਕਹੇ ਸਭ, ਬਿਨਾਂ ਕਿਹਾ ਹੀ ਬਸ, ਤੁਸੀਂ ਫੋਨ ਕਰੋ ਕਦੀ ਅਤੇ ਅਗਲਾ ਫੋਨ 'ਤੇ ਗੱਲ ਕਰੇ, ਹਾਂ ਕੀ ਹਾਲ ਆ, ਤੁਸੀਂ ਕਹੋ ਹਾਂ ਠੀਕ ਆ, ਉਹ ਕਹੋ ਗੱਲ ਦੱਸ ਗੱਲ ਕੀ ਆ, ਤੁਸੀਂ ਕਹੋ ਵੀ ਨਹੀਂ ਗੱਲ ਤਾਂ ਕੁਛ ਨਹੀਂ ਗੀ ਬਸ ਉੱਦਾਂ ਹੀ ਮੈਂ ਤੈਨੂੰ ਕਹਿੰਦਾ। ਉਹ ਕਹਿੰਦਾ ਮੈਂ ਅੱਜ ਦਾ ਨਹੀਂ ਤੇਰੇ ਨਾਲ, 20-25 ਸਾਲ ਹੋ ਗਏ ਮੈਨੂੰ, ਅੱਜ ਤੇਰੀ ਆਵਾਜ਼ 'ਚੋਂ ਤੜ ਨਹੀਂ ਹੈਗੀ, ਉਹ ਬੜਕ ਨਹੀਂ ਹੈਗੀ, ਗੱਲ ਦੱਸ ਗੱਲ ਕੀ ਆ, ਜਿਹੜਾ ਗੱਲ ਤੁਹਾਡੀ ਤੁਹਾਡੇ ਲਫ਼ਜ਼ ਸੁਣ ਕੇ ਹੀ ਸਮਝ ਲਵੇ ਕਿ ਇਹਨੂੰ ਪ੍ਰੋਬਲਮ ਆ ਕੋਈ। ਦੋਸਤ ਉਹ ਆ, ਹੈ ਨਾ, ਦੋਸਤ ਉਹ ਆ ਵੀ ਇੱਕ ਪਿੱਛੇ ਜੇ ਕਹਾਵਤ ਮੈਂ ਸੁਣੀ ਸੀ, ਕਹਿੰਦਾ ਵੀ ਕੁਛ ਕਮਬਖਤ ਐਸੇ ਵੀ, ਕਮਬਖਤ ਲਿਖਦਾ ਉਹ, ਕਹਿੰਦਾ ਕੁਛ ਕਮਬਖਤ ਐਸੇ ਵੀ ਦੋਸਤ ਹੈ ਮੇਰੀ ਜ਼ਿੰਦਗੀ ਮੈਂ ਜੋ ਹੱਥ ਮਿਲਾ ਕੇ ਗਮੋ ਕੀ ਲਕੀਰੇ ਹੀ ਮਿਟਾ ਗਏ। ਕਮਬਖਤ ਲਿਖਦਾ, ਕਹਿੰਦਾ ਕਮਬਖਤ ਕੁਛ ਦੋਸਤ ਐਸੇ ਵੀ ਹੈ ਮੇਰੀ ਜ਼ਿੰਦਗੀ ਵੀ ਹੱਥ ਮਿਲਾ ਕੇ ਕਮਬਖਤ ਗਮਾਂ ਦੀਆਂ ਲਕੀਰਾਂ ਹੀ ਮਿਟਾ ਗਏ ਆ, ਹੱਥ ਇਹੋ ਜਿਹਾ ਮਿਲਾਇਆ ਉਹਨਾਂ ਨੇ। ਸੋ ਦੋਸਤੀ ਉਹ ਆ, ਮੈਨੂੰ ਐਂ ਲੱਗਦਾ ਦੋਸਤ ਹੀਰੇ ਵਾਂਗੂ ਆ, ਦੋਸਤ ਹੀਰਾ ਆ। ਮਤਲਬ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਲੋਕ ਮਤਲਬ ਹੀ ਬੜੇ ਹੋ ਗਏ ਆ, ਹਰ ਇੱਕ ਚੀਜ਼ ਦੇ ਵਿੱਚ ਲੋਕਾਂ ਦੇ ਵੱਲੋਂ ਆਪਣਾ ਮਤਲਬ ਪਹਿਲਾਂ ਦੇਖਿਆ ਜਾਂਦਾ, ਦੂਜੇ ਦਾ ਬਾਅਦ ਦੇ ਵਿੱਚ। ਹਾਂਜੀ,
ਮਤਲਬ ਹੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਸੌਖੇ ਹੋ ਗਏ, ਮਤਲਬ ਹੀ ਨਹੀਂ ਕਹਿ ਸਕਦੇ ਆਪਾਂ ਸੌਖੇ ਹੋ ਗਏ। ਅੱਜ ਤੋਂ 200 ਸਾਲ ਪਿੱਛੇ ਜਾਓ ਤੁਸੀਂ, ਹੈ ਨਾ, ਮਤਲਬ 1700 ਦਾ ਦੌਰ ਜਿਹੜਾ 17th century ਜਿਹਨੂੰ ਆਪਾਂ ਕਹਿੰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ 1715 'ਚ ਚੜ੍ਹਾਈ ਕਰਦਾ, ਉਹ ਤੋਂ ਬਾਅਦ ਦਾ ਦੌਰ ਲੈ ਲਓ ਤੁਸੀਂ। ਉਦੋਂ ਇੱਕ ਇੱਕ ਸਿਰ ਦਾ ਮੁੱਲ 80-80 ਮੋਹਰਾਂ ਸੀਗੀਆਂ, ਇੱਕ ਇੱਕ ਸਿੱਖ ਦੇ ਸਿਰ ਦਾ ਮੁੱਲ 80-80 ਮੋਹਰਾਂ ਸੋਨੇ ਦੀਆਂ ਸੀਗੀਆਂ। ਸਿੱਖਾਂ ਦਾ ਸਭ ਤੋਂ ਮਾੜਾ ਦੌਰ, ਹੈ ਨਾ, ਸਿੱਖ ਪੰਜਾਬ ਨੂੰ ਛੱਡ ਕੇ, ਆਪਣੇ ਗੁਰੂਧਾਮਾਂ ਨੂੰ ਛੱਡ ਕੇ ਜੰਗਲਾਂ 'ਚ ਚਲ ਗਏ, ਬੀਕਾਨੇਰੀਆਂ ਕਾਹਨੋਵਾਲ ਦੀ ਸਮਝ ਰਹੇ। ਪਰ ਇਤਿਹਾਸਕਾਰ ਕੀ ਲਿਖਦੇ ਆ? ਇਤਿਹਾਸਕਾਰ ਲਿਖਦੇ ਨੇ ਸਿੱਖਾਂ ਦਾ ਸਭ ਤੋਂ ਮਾੜਾ ਦੌਰ। ਸਿੱਖ ਕੀ ਲਿਖਦੇ ਆ? ਸਿੱਖ ਕਹਿੰਦੇ ਸਿੱਖਾਂ ਦਾ ਸਭ ਤੋਂ ਚੰਗਾ ਦੌਰ, ਸਿੱਖ ਇਕੱਠੇ ਹੋ ਗਏ ਸੀ, ਲਾਮਬੰਦ ਹੋ ਗਏ ਸੀ, ਹੈ ਨਾ, ਉਹ ਲੰਬੜਦਾਰੀ ਛੱਡਤੀ ਸੀ, ਵਾ ਮੇਰਾ ਇਲਾਕਾ ਤੇ ਉਹ ਤੇਰਾ ਇਲਾਕਾ। ਪਤਾ ਸੀਗਾ ਵੀ ਜਿੱਥੇ ਪਹੁੰਚ ਗਏ ਆ, ਇੱਥੇ ਜਾਂ ਤਾਂ ਭੁੱਖ ਨੇ ਮਾਰ ਦੇਣੇ ਆ, ਜਾਂ ਜਾਨਵਰਾਂ ਨੇ ਮਾਰ ਦੇਣੇ, ਜਾਂ ਬਿਮਾਰੀਆਂ ਨੇ ਮਾਰ ਦੇਣੇ, ਜਿਹੜੇ ਬਚੇ ਉਹ ਮੁਗਲਾਂ ਨੇ ਮਾਰ ਦੇਣੇ। ਇਕੱਠੇ ਹੋ ਜਾਓ, ਮਰੇ ਵੀ, ਬਚੇ ਕਿਹੜੇ? ਉਹ ਬਚੇ ਜਿਹੜੇ ਹਰ ਹਾਲਾਤ ਨਾਲ ਟੱਕਰ ਲੈਣ ਵਾਸਤੇ ਕੈਪੇਬਲ ਸੀਗੇ, ਵੀ ਆਓ ਕਿਹੜਾ ਬਿਮਾਰੀ ਆਉਂਦੀ ਆ ਜਾ, ਮੈਂ ਦੱਸਦੇ ਹਾਂ, ਮੁਗਲ ਆਉਂਦਾ, ਜਾਨਵਰ, ਜਿਹੜਾ ਵੀ ਆਉਂਦਾ, ਅਸੀਂ ਉਹਨਾਂ ਦੀ ਵੰਸ਼ ਵਿੱਚੋਂ। ਉਹਨਾਂ ਨੇ ਤਾਂ ਮੁਗਲਾਂ ਨੇ ਤਾਂ ਕਹਿ ਦਿੱਤਾ ਸੀ ਵੀ ਮਕਾਤੇ ਆ, ਪਰ ਜਦੋਂ ਵਾਪਸ ਆਏ ਉਹਨਾਂ ਨੇ ਘਰ ਵਸਾਏ, ਅਸੀਂ ਉਹਨਾਂ ਦੀ ਬਲੱਡ ਲਾਈਨ ਦੇ ਵਿੱਚੋਂ ਹਾਂ। ਤਾਂ ਹੀ ਉਹ ਤਾਂ ਸਾਨੂੰ ਗੁੱਸਾ ਬਹੁਤ ਛੇਤੀ ਆਉਂਦਾ, ਠੰਡੇ ਹੀ ਬੜੀ ਛੇਤੀ ਹੋ ਜਾਂਦੇ ਅਸੀਂ, ਕਿਉਂ ਆ ਇਹ? ਸਾਡੇ ਬੱਚੇ ਨੂੰ ਤੁਸੀਂ ਗੱਤਕਾ ਖੇਡਣ ਭੇਜੋ, ਜਾਂਦੇ ਤਲਵਾਰ ਨੂੰ ਹੱਥ ਪਾਊਗਾ, ਕਿਸੇ ਹੋਰ ਕਮਿਊਨਿਟੀ ਦੇ ਬੱਚੇ ਨੂੰ ਭੇਜੋ, ਉਹ ਪਤਲੀ ਜਿਹੀ ਡੰਡੀ ਚੱਕੂਗਾ ਜਾ ਕੇ, ਵੀ ਇਸੇ ਖੇਲੂੰਗਾ ਜੀ ਮੈਂ। ਸਾਡੇ ਵਾਲਾ ਕਹਿੰਦਾ ਤਲਵਾਰ ਫੜਾਓ ਮੈਨੂੰ, ਆਉਂਦੀ ਹੈ ਭਾਵੇਂ ਨਹੀਂ ਆਉਂਦੀ, ਇਹ ਬਲੱਡ ਲਾਈਨ ਆ, ਇਹ ਜੀਨਸ ਵਿੱਚ ਆ। ਇਹੀ ਚੀਜ਼ ਜੇ ਉਹ ਟਾਈਮ ਦੀ ਗੱਲ ਕਰੀਏ ਕਿ ਜਿਹੜੇ ਦੁੱਖ ਨੇ ਉਹ ਤੁਹਾਨੂੰ ਲਾਗੇ ਲੈ ਆਉਂਦੇ ਨੇ, ਦੁੱਖ ਤੁਹਾਨੂੰ ਲਾਗੇ ਲੈ ਆਉਂਦੇ ਨੇ, ਜਿਨ੍ਹਾਂ ਨੂੰ ਤੁਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਕਾਰਡ ਨਹੀਂ ਨਾ ਭੇਜਦੇ, ਇਹ ਲੈਵਲ ਨਹੀਂ ਸਾਡਾ ਹੁਣ, ਕਿ ਆਪਾਂ ਕਹਿ ਦਿੰਦੇ ਹਾਂ ਵੀ ਮਾਮੇ ਦੇ ਚਾਰ ਮੁੰਡੇ, ਚਾਰ 'ਚੋਂ ਦੋ ਨੂੰ ਭੇਜ ਦਈਏ, ਦੋ ਵੀ ਉਸੇ ਘਰ 'ਚ ਹੀ ਰਹਿੰਦੇ ਆ, ਚਾਰ ਮੁੰਡੇ ਚਾਰੇ ਉਸੇ ਘਰ 'ਚ ਰਹਿੰਦੇ ਆ, ਦੋ ਨੂੰ ਭੇਜ ਦਈਏ ਕਿਉਂਕਿ ਉਹਦੇ ਕੋਲ ਗੱਡੀ ਆ, ਉਹਦੇ ਕੱਪੜੇ ਲੀੜੇ ਚੰਗੇ ਆ, ਦੋ ਦੇ ਦਿਹਾੜੀ ਲਾਉਂਦੇ ਆ, ਉਹਨਾਂ ਨੂੰ ਰਹਿਣ ਦਈਏ। ਪਰ ਜਦੋਂ ਆਖਰੀ ਸਮਾਂ ਹੁੰਦਾ ਨਾ ਉਸੇ ਬੰਦੇ ਦਾ, ਅਤੇ ਮੋਢਾ ਦੇਣ ਵਾਸਤੇ ਉਹ ਦੋ ਸਭ ਤੋਂ ਪਹਿਲਾਂ ਆਉਂਦੇ ਆ ਜਿਨ੍ਹਾਂ ਨੂੰ ਕਾਰਡ ਨਹੀਂ ਭੇਜਿਆ ਹੁੰਦਾ। ਇਹਨੂੰ ਕਹਿੰਦੇ ਭਾਈਚਾਰਾ, ਭਾਈਚਾਰਾ ਖਤਮ ਹੋ ਗਿਆ ਲੋਕਾਂ ਦੇ ਵਿੱਚ, ਇਖਲਾਕ ਮੁੱਕ ਗਏ ਨੇ ਲੋਕਾਂ ਦੇ, ਕਿ ਲੋਕ ਮਤਲਬ ਉਹੀ ਗੱਲ ਮਕੈਨੀਕਲ ਹੋ ਗਿਆ, ਸ਼ੋ ਆਫ ਜ਼ਿਆਦਾ ਪੈ ਗਿਆ, ਜਿਹਦੇ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ, ਪਤਾ ਨਹੀਂ ਮੈਂ ਜਵਾਬ ਦੇ ਪਾਇਆ ਕਿ ਨਹੀਂ, ਪਰ ਮੈਨੂੰ ਲੱਗਦਾ ਇਹਦਾ ਜਵਾਬ ਇਹ ਬਣਦਾ ਕਿ ਤੁਸੀਂ ਰੂਟਡ ਨਹੀਂ ਰਹੇ, ਤੁਸੀਂ ਟੁੱਟ ਗਏ ਹੋ ਜੜ੍ਹਾਂ ਨਾਲੋਂ, ਅਤੇ ਕੁਦਰਤ ਦੁੱਖ ਅਸੀਂ ਇਕੱਠੇ ਹੋ ਜਾਂਦੇ ਸੀ, ਹੁਣ ਅਸੀਂ ਸੁਖੀ ਹੋ ਗਏ ਹਾਂ, ਅਤੇ ਅਸੀਂ ਲਾਗੇ ਤਾਗੇ ਕਿਸੇ ਨੂੰ ਪੁੱਛਦੇ। ਹਾਂਜੀ, ਉਹੀ ਚੱਕਰ, ਦੁੱਖ ਅੱਜ ਵੀ ਬਹੁਤ ਆ, ਇਹ ਨਹੀਂ ਕਿ ਦੁੱਖ ਨਹੀਂ ਹੈਗਾ, ਦੁੱਖ ਅੱਜ ਵੀ ਬਹੁਤ ਆ, ਲੋਕ ਜ਼ਾਹਰ ਨਹੀਂ ਕਰਨਾ ਚਾਹੁੰਦੇ ਦੁੱਖ, ਲੋਕਾਂ ਨੂੰ ਇਹਨਾਂ ਦਾ ਦੁੱਖ ਦੱਸਾਂਗੇ ਤਾਂ ਕੀ ਕਹਿਣਗੇ, ਇਹ ਨਹੀਂ ਸਮਝਦੇ ਵੀ ਜੇ ਦੱਸਾਂਗੇ ਤਾਂ ਸ਼ਾਇਦ ਘੱਟ ਜੇ, ਕੋਈ ਹੱਲ ਨਿਕਲ ਆਵੇ, ਹੈ ਨਾ। ਭਾਈਚਾਰਾ, ਰਿਸ਼ਤੇਦਾਰੀ, ਬਰਾਦਰੀ ਜਿਹਨੂੰ ਆਪਾਂ ਲਫ਼ਜ਼ ਵਰਤਦੇ ਹਾਂ, ਸ਼ਰੀਕਾ ਜਿਹਨੂੰ ਕਹਿੰਦੇ ਹਾਂ, ਅੱਗੇ ਦੁੱਖ ਹੋਣਾ ਤੇ ਬੰਦਾ ਨਾਲ ਦਾ ਭਰਾ ਕਹਿੰਦਾ ਹੁੰਦਾ ਸੀ,
ਤੂੰ ਕਾਹਨੂੰ ਪਰਵਾਹ ਕਰਦਾ ਮੈਂ ਹੈਗਾ। ਪਰ ਅੱਜ ਕੱਲ ਜਿਵੇਂ ਦੀ ਦੁਨੀਆਦਾਰੀ ਵਿੱਚੋਂ ਵਿੱਚੋਂ, ਇਹ ਨਹੀਂ ਕਹਿੰਦੇ ਅਸੀਂ ਸਾਰੇ, ਅੱਜ ਕੱਲ ਜਿੱਦਾਂ ਦੀ ਦੁਨੀਆਦਾਰੀ ਚੱਲ ਰਹੀ ਹੈ, ਕੋਈ ਕਿਸੇ ਨੂੰ ਦੁੱਖ ਵੀ ਸੁਣਾਊਗਾ, ਕਹੂਗਾ ਯਾਰ ਇਹ ਤੇ ਆਉਂਦਾ ਹੀ ਆਪਣਾ ਦੁੱਖ ਜਿਹੜਾ ਰੋਣ ਵਾਸਤੇ। ਬਸ ਉਹ ਗੱਲ ਹੋਈ ਨਾ ਕਿ ਅਸੀਂ ਮਕੈਨੀਕਲ ਹੋ ਗਏ ਆ, ਸਾਨੂੰ ਉਹ ਚੀਜ਼ ਚਾਹੀਦੀ ਆ ਜੋ ਅਸੀਂ ਸੁਣਨਾ ਚਾਹੁੰਦੇ ਹਾਂ, ਉਸ ਤੋਂ ਇਲਾਵਾ ਸਾਨੂੰ ਕੁਛ ਨਾ ਸੁਣਾਓ। ਪਿੱਛੇ ਜੇ ਮੈਂ ਇੱਕ ਨਾ ਮਸਕੀਨ ਜੀ ਦੀ ਕਥਾ ਸੁਣਦਾ ਸੀ, ਉਹਦੇ ਵਿੱਚ ਉਹ ਕਹਿੰਦੇ ਕਿ ਇੱਕ ਕਿਸਾਨ ਸੀਗਾ, ਉਹਦੇ ਦੋ ਪੁੱਤਰ ਸੀਗੇ, ਇੱਕ ਦੇ ਦੋ ਮੁੰਡੇ ਸੀ, ਇੱਕ ਦੀ ਕੋਈ ਔਲਾਦ ਨਹੀਂ ਸੀ, ਵਿਆਹ ਦੋਵਾਂ ਦੇ ਹੋਏ ਸੀ। ਅਤੇ ਉਹ ਕਿਸਾਨ ਜਿਹੜਾ ਜੱਟ ਸੀ ਉਹ ਚੜ੍ਹਾਈ ਕਰ ਗਿਆ, ਚੜ੍ਹਾਈ ਕਰ ਗਿਆ ਅਤੇ ਵੱਡਾ ਭਰਾ ਜਿਹੜਾ ਸੀਗਾ, ਹੁਣ ਫਸਲ ਹੋਈ, 10 ਕਿੱਲੇ ਪੈਲੀ ਉਹਦੇ ਕੋਲ ਸੀ, 10 ਕਿੱਲੇ ਪੈਲੀ ਉਹਦੇ ਕੋਲ ਸੀ, ਹੈ ਨਾ, ਫਸਲ ਹੋਈ ਅਤੇ ਵੱਢ ਕੇ ਉਹਨਾਂ ਨੇ ਆਪਣੇ ਆਪਣੇ ਗੋਦਾਮਾਂ 'ਚ ਰੱਖੀਆਂ ਲਿਆ ਕੇ ਫਸਲਾਂ। ਹੁਣ ਇੱਕ ਭਰਾ ਨੇ ਸੋਚਿਆ ਵੀ ਜਿਹੜਾ ਜਿਹਦਾ ਨਿਆਣਾ ਕੋਈ ਨਹੀਂ ਸੀਗਾ, ਉਹਨੇ ਸੋਚਿਆ ਮੇਰਾ ਭਰਾ, ਮੇਰੀ ਭਰਜਾਈ, ਉਹਦੇ ਦੋ ਮੁੰਡੇ ਆ, ਉਹਦਾ ਖਰਚਾ ਬਹੁਤ ਆ, ਉਹਨੇ ਨਾ 40-45 ਬੋਰੀਆਂ ਇਕੱਠੀਆਂ ਲੱਦੀਆਂ ਅਤੇ ਜਾ ਕੇ ਅਤੇ ਹੁਣ ਬਾਹਰ ਖੇਤ 'ਤੇ ਸਾਂਝੇ ਸੀ ਲਾਗੇ ਲਾਗੇ, ਉਹਦੀ ਪੈਲੀ 'ਚ ਸੁੱਟ ਆਇਆ ਕਣਕ ਆਪਣੇ ਵਾਲੇ ਪਾਸਿਓਂ। ਹੁਣ ਉਹ ਜਿਹੜਾ ਜਿਹਦੇ ਦੋ ਮੁੰਡੇ ਸੀਗੇ, ਜਦੋਂ ਉਹ ਉੱਠਿਆ ਤਾਂ ਉਹਨੂੰ ਲੱਗਿਆ ਯਾਰ ਵੀ ਮੇਰੇ ਤਾਂ ਦੋ ਮੁੰਡੇ ਆ, ਉਹਦਾ ਤਾਂ ਕੋਈ ਵੀ ਨਹੀਂ ਆ। ਉਹਨੇ ਕੀ ਕੀਤਾ, 40-50 ਬੋਰੀਆਂ ਇਕੱਠੀਆਂ ਕੀਤੀਆਂ, ਉੱਥੋਂ ਦੇ ਜਾ ਕੇ ਉਹਦੇ ਸੁੱਟ ਆਇਆ। ਉਹ ਸਵੇਰੇ ਗਿਆ ਕਹਿੰਦਾ ਢੇਰ ਜਾ ਕਿੱਥੋਂ ਆ ਗਿਆ ਹੈ, ਉਹ ਰਾਤ ਫਿਰ ਸੁੱਟ ਆਇਆ, ਉਹ ਸੁੱਟ ਗਿਆ ਅਤੇ ਉਹ ਫਿਰ ਇੱਕ ਦਿਨ ਇਕੱਠੇ ਹੋਏ, ਕਹਿੰਦਾ ਯਾਰ ਵੀ ਬੋਰੀਆਂ ਤੂੰ ਰੱਖ ਕੇ ਜਾਂਦਾ, ਉਹ ਕਹਿੰਦਾ ਹਾਂ ਭਾਅ ਜੀ ਮੈਂ ਰੱਖ ਕੇ ਜਾਂਦਾ। ਕਹਿੰਦਾ ਕਿਉਂ, ਕਹਿੰਦਾ ਮੈਂ ਸੋਚਦਾ ਵੀ ਭਾਅ ਜੀ ਤੁਸੀਂ ਜੇ ਭਰਜਾਈ ਆ, ਦੋ ਮੁੰਡੇ ਆ, ਕੱਲ੍ਹ ਨੂੰ ਵਿਆਹ ਹੋਣੇ ਆ, ਅਸੀਂ ਤਾਂ ਦੋਵੇਂ ਛੱਡੇ ਛੱਡ, ਮੈਂ ਅਤੇ ਮੇਰੀ ਘਰ ਦੀ, ਸਾਨੂੰ ਤਾਂ ਇੰਨੀ ਲੋੜ ਹੀ ਨਹੀਂ ਬਈ। ਉਹ ਕਹਿੰਦਾ ਮੈਂ ਸੋਚਿਆ ਵੀ ਮੈਂ ਵਾਂ, ਮੇਰੇ ਤੋਂ ਦੋ ਮੁੰਡੇ ਆ, ਇਹਨਾਂ ਨੇ ਜਿੰਨਾ ਮੈਂ ਕਮਾਉਣਾ ਤੂੰ ਦੁੱਗਣਾ ਇਹਨਾਂ ਨੇ ਕਮਾ ਲੈਣਾ, ਤੇਰੇ 'ਤੇ ਲਾ ਦਿਆ ਨਹੀਂ ਕੋਈ। ਇਹ ਸੀ ਭਾਈਚਾਰਾ, ਇਹ ਸੀ ਭਾਈਚਾਰਾ, ਚੁੱਪ ਚਪੀਤੀ ਇੱਕ ਦੂਜੇ ਦੀ ਮਦਦ ਕਰਨੀ। ਅੱਜ ਦੇ ਅਸੀਂ ਕਾਰਡਾਂ ਦੇ ਉੱਤੇ ਨਾਂ ਲਿਖ ਕੇ ਕਹਿੰਦੇ ਨਹੀਂ ਮਟਿਓ ਯਾਰ, ਮੇਰਾ ਵੀ ਨਾਂ ਲਿਖਦੇ ਅਤੇ ਆਹ ਵੀ ਕਰਦੇ, ਸ਼ੋਅ ਆਫ ਬਿਜ਼ਨਸ ਜ਼ਿਆਦਾ ਪੈ ਗਏ। ਉਹ ਵਾਟਰ ਸਿਸਟਮ ਬੜਾ ਵਧੀਆ ਸੀਗਾ ਵੀ ਪਿੰਡ ਦੀ ਕੁੜੀ ਦਾ ਵਿਆਹ ਆ ਅਤੇ ਸਪੀਕਰ 'ਚ ਹੋਕਾ ਦਿੱਤਾ ਵੀ ਫਲਾਣੇ ਸਿੰਘ ਦੀ ਕੁੜੀ ਦਾ ਵਿਆਹ ਆ ਅਤੇ ਬਈ ਦੁੱਧ ਦੀ ਸੇਵਾ ਜਿਹਨੇ ਜਿਹਨੇ ਕਰਨੀ ਉੱਥੇ। ਲੋਕਾਂ ਨੇ ਕਹਿਣਾ ਇਕੱਲੇ ਦੁੱਧ ਨਹੀਂ, ਵੀ ਡੋਲੂ ਲੈ ਕੇ ਚੱਲਿਆ ਮਾਰਗਣਾ, ਇੱਧਰ ਗੱਲ ਸੁਣ ਕਾਕਾ, ਐਂ ਕਰੋ ਅੰਦਰ ਗੁੜ ਪਿਆ ਮੇਰੀ ਉਹ 'ਚ ਭੜੋਲੀ ਦੇ ਵਿੱਚ, ਐਂ ਕਰ ਜਾ ਉੱਥੋਂ 5 ਕਿਲੋ ਗੁੜ ਵੀ ਲੈ ਜਾ ਨਾਲ। ਬਾਹਰ ਨਿਕਲਣਾ, ਬਾਹਰ ਦਾਦਾ ਬੈਠਾ ਹੋਣਾ, ਕਹਿੰਦਾ ਕਿੱਥੇ ਚੱਲਿਆ, ਕਹਿੰਦਾ ਉਹਦੀ ਕੁੜੀ ਦਾ ਵਿਆਹ ਜੀ, ਦੁੱਧ 'ਤੇ ਚੱਲਿਆ ਅਤੇ ਬੀਬੀ ਨੇ ਗੁੜ ਦਿੱਤਾ। ਅੱਛਾ ਐਂ ਕਰ ਕਾਕਾ, ਐਂ ਕਰ ਉਹ ਅਲਮਾਰੀ ਖੋਲ, ਉੱਥੇ ਨਾ ਦੋ ਨਵੇਂ ਖੇਸ ਪਏ, ਉਹ ਲੈ ਜਾ। ਮਤਲਬ ਇੱਕ ਘਰ ਦੇ ਵਿੱਚੋਂ ਇੰਨਾ ਸਮਾਨ ਜਾ ਰਿਹਾ ਵਾ, ਕਿਆ ਦੌਰ ਹੋਊਗਾ ਸੋਚੋ। ਕਿਸੇ ਨੂੰ ਲੋੜ ਹੀ ਨਹੀਂ, ਉਹਨੂੰ ਪਤਾ ਮੈਂ ਅਨਾਊਂਸ ਕੀਤਾ ਵਿਆਹ, ਮੇਰਾ ਪਿੱਛੇ ਜਿਹੇ ਮਿੱਤਰ ਪਾਕਿਸਤਾਨ ਗਿਆ ਅਤੇ ਉੱਥੇ ਕੋਈ ਬਜ਼ੁਰਗ ਮਿਲਿਆ, ਉਹਨੇ ਗੱਲ ਕੀਤੀ, ਕਹਿੰਦਾ ਸਾਡੇ ਇਲਾਕੇ ਦਾ ਨਾ ਇੱਥੇ ਇਲਾਕੇ ਦੇ ਵਿੱਚ ਜਦੋਂ ਸਰਦਾਰ ਹੁੰਦੇ ਸੀ, ਸਰਦਾਰ ਸਾਹਿਬ ਕਹਿੰਦੇ ਉਹ, ਕਹਿੰਦਾ ਸਰਦਾਰ ਸਾਹਿਬ ਜਦੋਂ ਇੱਥੇ ਰਹਿੰਦੇ ਸੀ ਸਾਡੇ ਨਾਲ, ਅਤੇ ਕਹਿੰਦਾ ਵੀ ਨਾਂ ਸੀ ਨੱਥਾ ਸਿੰਘ ਉਹਦਾ, ਬੜਾ ਤਕੜਾ ਜੱਟ ਸੀ ਕਹਿੰਦਾ ਇਸ ਇਲਾਕੇ ਦਾ, ਅਤੇ ਕਹਿੰਦਾ ਮੇਰੀਆਂ ਭੈਣਾਂ ਵੀ ਮੇਰੀਆਂ, ਹਾਂ ਮੇਰੀ ਬੇਟੀ ਕਹਿੰਦਾ, ਮੇਰੀ ਦੋ ਕੁੜੀਆਂ ਸੀ ਕਹਿੰਦਾ ਮੇਰੀਆਂ, ਉਹ ਕਹਿੰਦਾ ਵੀ ਖੂਹ ਤੋਂ ਪਾਣੀ ਭਰ ਕੇ ਅਤੇ ਘਰ ਵੱਲ ਨੂੰ ਜਾਣ, ਅਤੇ ਸਰਦਾਰ ਘੋੜੇ 'ਤੇ ਲੰਘ ਰਿਹਾ, ਸਰਦਾਰ ਘੋੜੇ 'ਤੇ ਲੰਘ ਰਿਹਾ ਅਤੇ ਕਿਤੇ ਚੱਲਿਆ ਸੀਗਾ, ਨਾਲ ਅਰਦਲੀ ਸੀ ਉਹਦੇ, ਉਹਨੇ ਮੇਰੀਆਂ ਕੁੜੀਆਂ ਨੂੰ ਲੰਘਦਿਆਂ ਵੇਖਿਆ ਜਦੋਂ, ਅਤੇ ਘੋੜਾ ਮੋੜ ਕੇ ਮੇਰੇ ਘਰ ਆ ਗਿਆ, ਮੇਰੇ ਘਰ ਆ ਕੇ ਕਹਿੰਦਾ ਵੀ ਇੱਧਰ ਆ, ਰਸੂਲ ਦੀ ਨਾਂ ਸੀਗਾ ਪਤਾ ਨਹੀਂ ਕੁਛ, ਇੱਦਾਂ ਨਾਂ ਦੱਸ ਰਿਹਾ ਸੀ ਆਪਣਾ ਉਹ, ਕਹਿੰਦਾ ਵੀ ਕੁੜੀਆਂ ਵਿਆਹੁਣੀਆਂ ਨਹੀਂ ਆ, ਉਹ ਕਹਿੰਦਾ ਸਰਦਾਰ ਸਾਹਿਬ ਵਿਆਹੁਣੀਆਂ ਨੇ ਕੁੜੀਆਂ, ਪਰ ਮੈਂ ਨਾ
ਪੈਸੇ ਦਾ ਇੰਤਜ਼ਾਮ ਕਰ ਰਿਹਾ। ਕਹਿੰਦਾ ਮੰਗਤੀਆਂ ਵਾ? ਕਹਿੰਦਾ ਹਾਂਜੀ ਮੰਗਤੀਆਂ। ਕਹਿੰਦਾ ਕੋਈ ਨਹੀਂ, ਸ਼ਾਮੀ ਆ ਜੀ। ਸ਼ਾਮੀ ਆਇਆ, ਉਹਨੇ ਇਲਾਕੇ ਦੇ 3-4 ਸਰਦਾਰ ਬੁਲਾ ਕੇ ਘਰ ਬਿਠਾਏ ਹੋਏ। ਉਹਨੇ ਕਿਹਾ ਵੀ ਆਹ ਰਸੂਲ ਦੀ ਇਹਨਾਂ ਦੀਆਂ 2 ਕੁੜੀਆਂ ਵਾ, ਦੋਵੇਂ ਮੰਗੀਆਂ ਵਾ, ਇਕੱਠੀਆਂ ਹੀ ਤੋਰਦੀਆਂ ਆਪਾਂ। ਉਹ ਕਹਿੰਦਾ ਠੀਕ ਹੈ ਜੀ। ਕਹਿੰਦਾ ਖਰਚਾ ਦੱਸ। ਉਹ ਕਹਿੰਦਾ ਜੀ ਆਹ ਇੱਦਾਂ ਫਲਾਣ। ਕਹਿੰਦਾ ਜਾ ਤੂੰ ਰੇਟ ਪੱਕੀ ਕਰ। ਕਹਿੰਦਾ ਜੀ ਉਹ ਕਹਿੰਦਾ ਉਹ ਤੂੰ ਛੱਡ। ਮਤਲਬ ਇਹ ਸੀ ਉਹਨਾਂ ਲੋਕਾਂ ਦੇ ਹਲਾਕ ਕਿ ਕਿਸੇ ਦੀ ਧੀ ਭੈਣ ਤੁਰੀ ਜਾਂਦੀ ਰਾਹ ਦੇ ਵਿੱਚ ਵੀ ਵਿਆਹੁਣ ਲਾਇਕ ਹੋ ਗਈ ਹੈ, ਉਹਨੂੰ ਸਾਡੇ ਇੱਧਰ ਆਵੇ ਕੁੜੀ ਨਹੀਂ ਵਿਆਹੁਣੀ। ਕਹਿੰਦਾ ਵਿਆਹੁਣੀ ਹੈ ਜੀ, ਕੋਈ ਨਹੀਂ ਅਸੀਂ ਲਾਉਂਦੇ ਤੋਰੇ ਨੂੰ ਆਪਣੇ ਘਰ। ਪਹਿਲਾਂ ਦੌਰ ਹੀ ਚੰਗਾ ਸੀ, ਦੌਰ ਕਿੰਨਾ ਵਧੀਆ ਸੀਗਾ। ਉਹ ਕਹਿੰਦਾ ਉਹਨਾਂ ਨੇ ਕੁਛ ਖਾਸ ਨਹੀਂ ਕੀਤਾ, ਉਹਨਾਂ ਸਾਨੂੰ ਇੱਕੋ ਗੱਲ ਕਹੀ ਵੀ ਅਸੀਂ ਮੀਟ ਨਹੀਂ ਪਾ ਸਕਦੇ ਵਿਆਹ 'ਚ, ਮੀਟ ਨਹੀਂ ਪਾਉਣਾ ਅਸੀਂ ਵਿਆਹ 'ਚ, ਬਾਕੀ ਦੱਸ ਤੈਨੂੰ ਚਾਹੀਦਾ ਕੀ ਆ। ਕਹਿੰਦਾ ਵੀ ਇੰਨਾ ਦਾਜ ਦੇ ਕੇ ਤੋਰਿਆ ਮੇਰੀਆਂ ਕੁੜੀਆਂ ਨੂੰ ਉਹਨਾਂ ਨੇ, ਇੰਨਾ ਸੋਹਣਾ ਆਪਣੀਆਂ ਕੁੜੀਆਂ ਨੂੰ ਨਹੀਂ ਪਾਇਆ ਜਿੰਨਾ ਉਹਨਾਂ ਨੂੰ ਪਾ ਕੇ ਤੋਰਤਾ। ਇਹ ਦੌਰ ਸੀ ਹੈ ਨਾ। ਇੱਕ ਹੋਰ ਗੱਲ ਮੈਨੂੰ ਉਹਨੇ ਸੁਣਾਈ, ਕਹਿੰਦਾ ਅਸੀਂ ਹੋਰ 3-4 ਪਿੰਡ ਗਾਂ ਗਏ ਅਤੇ ਉਹ ਰਿਸਰਚ ਵਾਸਤੇ ਗਏ ਸੀ ਉੱਧਰ ਕਿ ਪੰਜਾਬ ਓਲਡ ਪੰਜਾਬ ਕਿੱਦਾਂ ਸੀ, ਜੇ ਉਹ ਸਾਰਾ ਟਿੰਡਾਂ ਟੁੰਡਾ ਹਜੇ ਵੀ ਚੱਲਦੀਆਂ ਉੱਧਰ। ਉਹ ਕਹਿੰਦਾ ਵੀ ਇੱਕ ਹਵੇਲੀ ਸੀ ਉੱਚੀ ਜਗ੍ਹਾ 'ਤੇ, ਟਿੱਲੇ 'ਤੇ ਹਵੇਲੀ ਸੀ, ਅਤੇ ਉਹਦਾ ਮੁੰਡਾ ਸ਼ਹਿਰ ਪੜ੍ਹਦਾ ਸੀ ਲਾਹੌਰ, ਪੋਤਾ ਸ਼ਹਿਰ ਪੜ੍ਹਦਾ ਸੀ ਉਹਦਾ ਸਰਦਾਰ ਦਾ ਲਾਹੌਰ, ਅਤੇ ਉਹ ਕਿਤੇ ਆਇਆ ਅਤੇ ਉਹ ਖੂਹ 'ਤੇ ਟਾਈਮ ਸੀ ਕੁੜੀਆਂ ਦਾ, ਉਹ ਟਾਈਮ ਹੁੰਦੇ ਸੀ ਨਾ ਵੀ ਇੰਨੇ ਤੋਂ ਇੰਨੇ ਬੰਦੇ ਅਤੇ ਇੰਨੇ ਤੋਂ ਇੰਨੇ ਬੁੜੀਆਂ ਅਤੇ ਇੰਨੇ ਤੋਂ ਇੰਨੇ ਕੱਪੜੇ ਧੋਣੇ। ਕਹਿੰਦਾ ਉਹ ਆਇਆ ਅਤੇ ਗਰਮੀ ਬਹੁਤ ਸੀ, ਕੁੜੀਆਂ ਪਾਣੀ ਕੱਢਦੀਆਂ, ਉਹ ਕਹਿੰਦਾ ਮੈਨੂੰ ਮਾੜਾ ਜਿਹਾ ਪਾਣੀ ਦਿਓ ਮੈਂ ਨਹਾ ਲਾਂ, ਵੀ ਮੈਂ ਥੱਕਿਆ ਬਹੁਤ ਹਾਂ, ਵੀ ਨਹਾਉਣ 'ਤੇ ਥੱਲੇ ਆਉਣਾ ਪੈਣਾ, ਹਵੇਲੀ 'ਚ ਕਿੱਥੇ ਪਾਣੀ। ਉਹਨੇ ਉੱਥੇ ਪਾਣੀ ਜਿਹਾ ਲਿਆ ਅਤੇ ਨਾਤ, ਉਹ ਸਰਦਾਰ ਉੱਤੋਂ ਵੇਖਦਾ ਸੀ ਬੈਠਾ ਕਿਤੇ, ਉਹਨੇ ਨਾ ਮੁੰਡੇ ਨੇ ਵਾਲ ਖੋਲ੍ਹੇ ਆਪਣੇ ਸਿਰ ਸੁਰ ਨਹਾਤਾ, ਉੱਦਾਂ ਹੀ ਪਿੰਡ 'ਚ ਤੁਰਿਆ ਆਵੇ। ਉਹਨੇ ਥੱਲੇ ਆਪਣੇ ਨੌਕਰ ਨੂੰ ਮਾਰੀ ਆਵਾਜ਼, ਕਹਿੰਦਾ ਉਹ ਤੁਰਿਆ ਆਉਂਦਾ ਪੋਤਾ ਮੇਰਾ, ਉਹਨੂੰ ਗੇਟ ਦੇ ਬਾਹਰ ਹੀ ਰੋਕਦੀ ਅੰਦਰ ਨਾ ਵੜਨ ਦੀ, ਸਿਰ ਖਿਲਾਰੇ ਉਹਨੇ ਬੈਗ ਜਿਹਾ ਪਾਇਆ ਮੁੰਡੇ ਦੇ, ਪੱਗ ਕੱਚੇ ਮਾਰੀ ਸਿਰ ਨਾ ਕਿਆ। ਸਰਦਾਰ ਥੱਲੇ ਆਇਆ ਅਤੇ ਕਹਿੰਦਾ ਬਹਿ ਇੱਥੇ, ਉਹ ਦਾਦਾ ਸੀ ਉਹਦਾ ਬਹਿ ਗਿਆ ਥੱਲੇ। ਕਹਿੰਦਾ ਬੁੱਕ ਭਰ ਮਿੱਟੀ ਦੇ ਅਤੇ ਸਿਰ 'ਚ ਪਾ। ਉਹਨੇ ਬੁੱਕ ਭਰ ਕੇ ਮਿੱਟੀ ਦੀ ਸਿਰ 'ਚ ਪਾ ਤੀ ਉਹਦੇ ਨੌਕਰ ਨੇ। ਕਹਿੰਦਾ ਸ਼ਰਮ ਆਉਂਦੀ ਤੈਨੂੰ? ਕਹਿੰਦਾ ਤੈਨੂੰ ਜਦੋਂ ਪਤਾ ਕੁੜੀਆਂ ਉੱਥੇ ਪਾਣੀ ਭਰਨ ਗਈਆਂ, ਤੇਰਾ ਨਹਾਉਣਾ ਬਹੁਤ ਜ਼ਰੂਰੀ ਸੀ, ਸਿਰਫ ਇਸ ਗੱਲੋਂ ਕਿ ਮੇਰਾ ਦਾਦਾ ਇਸ ਪਿੰਡ ਦਾ ਸਰਦਾਰ। ਉਹ ਚੁੱਪ ਕਰ ਗਿਆ ਮੁੰਡਾ, ਕਹਿੰਦਾ ਜੀ ਗਲਤੀ ਹੋ ਗਈ। ਕਹਿੰਦਾ ਨਾਲੇ ਨੰਗੇ ਸਿਰ ਤੈਨੂੰ ਪਿੰਡ 'ਚ ਫਿਰਨ ਦੀ ਆਗਿਆ ਕਿਹਨੇ ਦਿੱਤੀ ਆ? ਇੰਨੀ ਇੱਜ਼ਤ ਸੀ ਲੋਕਾਂ ਵੀ, ਲੋਕ ਇਹ ਕਹਿਣਗੇ ਵੀ ਉਹ ਸਰਦਾਰਾਂ ਦਾ ਮੁੰਡਾ ਨੰਗੇ ਸਿਰ ਫਿਰਦਾ? ਉਹ ਚੁੱਪ ਰਿਹਾ। ਕਹਿੰਦਾ 1 ਸਾਲ ਇਸ ਪਿੰਡ ਦੀ ਦਲੀਜ਼ 'ਤੇ ਪੈਰ ਨਹੀਂ ਰੱਖਣਾ, ਜਾਂ ਡੇਰੇ 'ਚ ਰਹਿਣਾ, ਬਾਹਰ ਭੱਜਾ ਤੂੰ, ਕਿੱਥੇ ਨੌਕਰ ਰਹਿੰਦੇ ਸੀ ਨਾ ਖੇਤ 'ਚ, ਉੱਥੇ ਭੱਜਾ ਤੂੰ। ਕਹਿੰਦਾ ਇਹ ਹਲਾਕ ਸੀ ਉਹਨਾਂ ਲੋਕਾਂ ਦੇ, ਸੋ ਉਹ ਦੌਰ ਖਤਮ ਹੋ ਗਿਆ। ਅੱਛਾ, ਅੱਜ ਦੇ ਜ਼ਮਾਨੇ 'ਚ ਅਸੀਂ ਦੇਖ ਰਹੇ ਹਾਂ ਕਿ ਪ੍ਰਵਾਸ ਜਿਹੜਾ ਬੜੀ ਵੱਡੀ ਚਿੰਤਾ ਪੰਜਾਬ ਦੇ ਲਈ ਕਿਤੇ ਨਾ ਕਿਤੇ। ਹਾਂਜੀ, ਲੋਕ ਪਹਿਲਾਂ ਕੀ ਹੁੰਦਾ ਸੀ ਪੁਰਾਣਿਆਂ ਸਮਿਆਂ ਦੇ ਵਿੱਚ, ਘਰ ਦੇ ਵਿੱਚ ਉਹਨਾਂ ਪਹਿਲਾਂ ਪੂਰੇ ਪਿੰਡ ਦੇ ਵਿੱਚ ਹੁੰਦਾ ਸੀ, ਇੱਕ ਘਰ ਦਾ ਜੀ ਗਿਆ ਹੁੰਦਾ ਸੀ ਬਾਹਰ, ਉਹ ਕੋਠੀ ਵੱਜਦੇ ਸੀ ਅਮਰੀਕਾ ਵਾਲਿਆਂ ਦੀ, ਉਹ ਕਨੇਡਾ ਵਾਲਿਆਂ ਦੀ, ਪਿੰਡ ਦੇ ਵਿੱਚੋਂ ਇੱਕ ਘਰ। ਹਾਂਜੀ, ਹੁਣ ਕੀ ਦੌਰ ਹੈ, ਹਰ ਇੱਕ ਘਰ ਦੇ ਵਿੱਚੋਂ ਇੱਕ ਇੱਕ ਜੀ, ਪਰ ਉੱਥੇ ਹੀ ਅੱਗੇ ਕੀ ਹੋ ਗਿਆ ਕਿ ਹੁਣ ਇੱਕ ਇੱਕ ਨਹੀਂ, ਹੁਣ ਪੂਰਾ ਪੂਰਾ ਪਰਿਵਾਰ ਜਾਣ ਲੱਗ ਗਿਆ। ਕੀ ਲੱਗਦਾ ਹੈ ਕਿ ਸਾਡੇ ਘਰਾਂ ਦੇ, ਇੱਥੇ ਪੰਜਾਬ ਦੇ ਵਿੱਚ ਲੋਕਾਂ ਦੇ ਘਰਾਂ ਦੇ ਜਿੰਦਰੀਆਂ ਲੱਗਣ ਲੱਗ ਗਏ ਨੇ? ਵੇਖੋ, ਇਹ ਨਾ ਇਹ ਬੜਾ ਸੈਂਸਿਟਿਵ ਜਿਹਾ ਵਿਸ਼ਾ ਵਾ ਇਹ ਜਿਹੜੀ ਤੁਸੀਂ ਗੱਲ ਕੀਤੀ ਆ। ਇੱਕ ਬੰਦਾ ਬਿਹਾਰ ਤੋਂ ਟਿਕਟ ਲੈਂਦਾ ਵਾ 250 ਰੁਪਈਏ ਦੀ ਟ੍ਰੇਨ ਦੀ, ਟ੍ਰੇਨ 'ਚ ਬਹਿੰਦਾ ਵਾ ਹੈ ਨਾ ਪੈਸੰਜਰ ਕਲਾਸ ਦੇ ਵਿੱਚ, ਅਤੇ ਇੱਥੇ ਚੰਡੀਗੜ੍ਹ ਜਾਂ ਅੰਬਾਲੇ ਜਾਂ ਜਲੰਧਰ ਲੁਧਿਆਣੇ ਆ ਕੇ ਉੱਤਰ ਜਾਂਦਾ।
ਉੱਤਰ ਦੇ ਨਾਲ ਹੀ ਜਿਹੜਾ ਅੱਗੋਂ ਲੈਣ ਆਇਆ ਹੁੰਦਾ ਵਾ ਉਹਨੇ ਉਹਨੇ ਸਾਈਕਲ 'ਤੇ ਦੋ ਡੱਬੇ ਬੰਨੇ ਹੁੰਦੇ ਪਹਿਲਾਂ ਹੀ, ਇੱਕ ਆਪਣਾ ਇੱਕ ਜਿਹੜਾ ਉੱਤਰ ਰਿਹਾ ਉਹਦਾ, ਉਹਨੂੰ ਸਿੱਧਾ ਹੀ ਲੇਬਰ ਚੌਂਕ 'ਤੇ ਲੈ ਜਾਂਦਾ। ਉੱਥੇ ਸਾਡੇ ਭਾਈਚਾਰੇ ਵਾਲੇ ਵੀ ਖੜ੍ਹੇ ਹੁੰਦੇ ਬੰਦੇ, ਜਿਹੜੇ ਸਾਡੇ ਵਿਚਾਰੇ ਮਤਲਬ ਸੱਜਣ ਮਿੱਤਰ, ਜਿਹੜੇ ਪੰਜਾਬ ਦੇ ਮੂਲ ਨਿਵਾਸੀ ਨੇ, ਜਿਹੜੇ ਪੀੜ੍ਹੀਆਂ ਤੋਂ ਇੱਥੇ ਰਹਿ ਰਹੇ ਨੇ, ਉਹ ਲੈਂਦੇ ਨੇ 800 ਰੁਪਈਆ ਦਿਹਾੜੀ। ਉਹ ਉੱਤਰਦਿਆਂ ਹੀ ਕਹਿੰਦੇ ਨੇ ਜਿਨ੍ਹਾਂ ਨੂੰ ਉੱਥੇ 100 ਨਹੀਂ ਮਿਲਦਾ ਉਹ ਕਹਿੰਦੇ 300 ਮੈਂ ਕੰਮ ਕਰ ਦੇਂਗੇ ਭਾਉ ਜੀ। ਹੁਣ 500 ਰੁਪਈਆ ਸਿੱਧਾ ਹੀ ਕੱਟਿਆ ਗਿਆ। ਪੰਜਾਬੀ ਬੰਦਾ ਇੰਨਾ ਵੀ ਬੇਅਣਖਾ ਨਹੀਂ ਹੈ ਵੀ ਉਹ 300 'ਚ ਕੰਮ ਕਰੇ। ਬਸ ਫਰਕ ਸਿਰਫ ਇੱਥੇ ਆਉਂਦਾ ਕਿ ਉੱਤਰ ਦੇ ਨਾਲ ਹੀ ਉਹਨਾਂ ਨੇ ਕੁਛ ਪੈਸੇ ਮੰਗਾਉਣੇ, ਇੱਥੇ ਬੈਂਕ 'ਚ ਅਕਾਊਂਟ ਖੁਲਾਉਣਾ, ਇੱਥੇ ਦਾ ਆਧਾਰ ਕਾਰਡ ਬਣ ਜਾਣਾ ਉਹਨਾਂ ਦਾ, ਇੱਥੋਂ ਦੇ ਉਹਨਾਂ ਦੇ ਵੋਟਰ ਕਾਰਡ ਬਣ ਜਾਣੇ, ਵੋਟ ਬੈਂਕ ਪੱਕਾ ਹੋ ਗਿਆ, ਇੱਥੇ ਉਹਨਾਂ ਨੇ ਮਕਾਨ ਲੈ ਲਏ। ਹੈ ਨਾ, ਮੈਂ 2011 ਦੀ ਗੱਲ ਕਰ ਰਹੀ, ਕੱਲ੍ਹ ਕੇ ਸੁਹਾਣੇ ਹੋਸਪਿਟਲ ਮੈਂ ਨੌਕਰੀ ਕਰਦਾ ਹੁੰਦਾ ਸੀ, ਇੱਥੇ ਇੱਥੇ ਤੱਕ ਸ਼ਹਿਰ ਮੁੱਕ ਜਾਂਦਾ ਸੀਗਾ, ਅੱਜ ਰਾਜਪੁਰੇ ਤੱਕ ਸ਼ਹਿਰ ਪਹੁੰਚ ਗਿਆ। ਕੌਣ ਆਏ ਬੰਦੇ? 60-62 ਲੱਖ ਬੰਦਾ ਕੋਵਿਡ ਦੇ ਦਰਮਿਆਨ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆ ਗਿਆ ਇੱਥੇ, ਉੱਤਰਦਿਆਂ ਹੀ ਘਰ ਮਕਾਨ ਸਭ ਕੁਛ ਲੈ ਲਿਆ, ਪੰਜਾਬ ਦੇ ਮੂਲ ਨਿਵਾਸੀ ਬਣ ਗਿਆ, ਅੱਜ ਉਹ ਆਧਾਰ ਕਾਰਡ ਬਣ ਗਿਆ ਉਹਨਾਂ ਦੇ ਇੱਥੋਂ ਦੇ, ਸਭ ਕੁਛ ਬਣ ਗਿਆ। ਪਰ ਜੇ ਅਸੀਂ ਜਾ ਕੇ ਜੰਮੂ ਜ਼ਮੀਨ ਲੈਣੀ ਹੋਵੇ, ਅਸੀਂ ਜਾ ਕੇ ਹਿਮਾਚਲ ਲੈਣੀ ਹੋਵੇ, ਨਹੀਂ ਮਿਲਦੀ, ਨੌਕਰੀ ਨਹੀਂ ਮਿਲਦੀ, ਜ਼ਮੀਨ 'ਤੇ ਬੜੀ ਦੂਰ ਦੀ ਗੱਲ ਆ। ਉਹਨਾਂ ਨੂੰ ਉੱਤਰਦਿਆਂ ਹੀ ਸਭ ਕੁਛ ਰੈਡੀ ਆ। ਹੁਣ ਸਾਡੇ ਬੱਚੇ, ਸਾਡੇ ਬੱਚੇ ਜਿਨ੍ਹਾਂ ਨੇ ਇੰਜੀਨੀਅਰਿੰਗ ਕਰ ਲਈ ਆ, ਜਿਹੜੇ ਟੀਚਰ ETT ਅਧਿਆਪਕ ਦਾ ਕੋਰਸ ਕਰੀ ਫਿਰਦੇ ਆ, ਹੋਰ 100 ਚੀਜ਼ਾਂ ਕੰਪਿਊਟਰ ਸਾਇੰਸ, ਪਤਾ ਨਹੀਂ ਕਿੰਨੀਆਂ ਚੀਜ਼ਾਂ ਨੇ, ਮੈਨੂੰ ਤਾਂ ਇੰਨਾ ਗਿਆਨ ਹੈ ਨਹੀਂ, ਉਹ ਕਿੱਥੇ ਜਾਣਗੇ? ਉਹ ਕਿੱਥੇ ਜਾਣਗੇ? ਜਦੋਂ ਆਪਾਂ 2 ਭੈਣ ਭਰਾ ਵਾਂ ਘਰ ਦੇ ਵਿੱਚ, ਮੈਂ ਇੰਜੀਨੀਅਰਿੰਗ ਕੀਤੀ ਹੋਈ ਆ, ਠੀਕ ਹੈ ਜੀ, ਤੁਸੀਂ ਅਜੇ 12ਵੀਂ ਕੀਤੀ ਆ, ਮੈਂ ਤਾਂ ਇਹੀ ਕਹੂੰਗਾ ਨਾ ਵੀ ਕੁੜੀਏ ਚੁੱਪ ਕਰਕੇ ਬਾਹਰ ਚਲ ਜਾ, ਮੈਨੂੰ ਬੈਠੇ ਨੂੰ 4 ਸਾਲ ਹੋ ਗਏ, ਮੈਨੂੰ ਤਾਂ 10,000 ਤੇ ਕੋਈ ਨੌਕਰੀ ਨਹੀਂ ਰੱਖਣ ਡਿਆ ਇੱਥੇ, ਅਤੇ ਮੈਂ ਇੰਜੀਨੀਅਰਿੰਗ 'ਤੇ 12-15 ਲੱਖ ਰੁਪਈਆ ਲਾ ਬੈਠਾ, ਉਹੋ ਹੀ ਕਿਤੇ ਮੈਂ ਕੰਮ ਖੁਲਾਇਆ ਹੁੰਦਾ ਬਾਪੂ ਨੂੰ ਕਹਿ ਕੇ। ਰੀਜ਼ਨ ਆਹ ਆ ਕਿ ਨੌਜਵਾਨ ਕਹਿੰਦੇ ਆ ਵੀ ਸਾਨੂੰ ਇੱਥੇ ਮਿਹਨਤ ਦਾ ਮੁੱਲ ਹੀ ਨਹੀਂ ਮਿਲਦਾ, ਮੁੱਲ ਮਿਲਣਾ ਗੱਲ ਤਾਂ ਉਹੀ ਹੈ, ਇਹ ਨਹੀਂ ਕਿ ਜੇ ਫਸਲ ਜ਼ਮੀਨ ਹੈਗੀ ਹੈ, ਸਰਕਾਰ ਕਿਉਂ ਨਹੀਂ ਪਾਬੰਦੀ ਲਾਉਂਦੀ ਝੋਨੇ 'ਤੇ? ਸਰਕਾਰ ਨੂੰ ਜਦੋਂ ਪਤਾ ਪਾਣੀ ਥੱਲੇ ਜਾ ਰਿਹਾ ਵਾ, ਤਾਂ ਕਿਉਂ ਨਹੀਂ ਕਿਸਾਨਾਂ ਨੂੰ ਕੋਈ ਨਵੀਂ ਟੈਕਨੀਕ ਦਿੰਦੀ ਲਿਆ ਕੇ, ਯਾਰ ਵੀ ਤੁਸੀਂ ਫਸਲ ਲਾ ਲਓ, ਬਾਕੀ ਇੰਡੀਆ ਦੀਆਂ 9 ਸਟੇਟਾਂ ਖਸਖਾਸ ਲਾਉਂਦੀਆਂ ਨੇ, ਜਿਹਨੂੰ ਪੋਸਟ ਕਹਿ ਦਿੰਦੇ ਆਪਾਂ, ਉਹਨਾਂ ਨੂੰ ਮਨਜ਼ੂਰੀ ਆ, ਪੰਜਾਬ ਨੂੰ ਮਨਜ਼ੂਰੀ ਨਹੀਂ? ਪੰਜਾਬ ਦੀ ਇੰਨੀ ਜ਼ਰਖੇਜ਼ ਜ਼ਮੀਨ ਹੈ ਕਿ ਕੀ ਉਹ ਇੰਨੀ ਮਹਿੰਗੀ ਫਸਲ ਜਿਹੜੀ ਦਵਾਈਆਂ 'ਚ ਪਾਉਂਦੇ, ਤੁਸੀਂ ਕਹਿੰਦੇ ਵੀ ਉਹ ਦਵਾਈਆਂ 'ਚ ਪਾਉਂਦੇ ਆ ਉੱਥੋਂ ਬਣਾ ਕੇ ਉਗਾ ਕੇ ਪੋਸਤ, ਅਤੇ ਪੰਜਾਬ 'ਚ ਉਗਾ ਦਿਓ, ਪੰਜਾਬ ਦੇ ਵਿੱਚ ਉਗਾ ਦਿਓ। ਆਹ ਜਿਹੜੇ ਚਿੱਟੇ ਦੀ ਆਪਾਂ ਗੱਲ ਕਰ ਰਹੇ ਕਿ ਚਿੱਟਾ ਬਹੁਤ ਵੇਖ ਰਿਹਾ ਜੀ, ਚਿੱਟਾ ਐਂ ਹੋ ਰਿਹਾ, ਚਿੱਟਾ ਫਲਾਣਾ ਹੋ ਰਿਹਾ, ਤੁਹਾਡਾ ਵੀ ਪਿੰਡ ਆ, ਮੇਰਾ ਵੀ ਪਿੰਡ ਆ, ਮੈਨੂੰ ਤਾਂ ਲੱਗਦਾ ਨਹੀਂ ਮੇਰੇ ਪਿੰਡ ਦੇ ਵਿੱਚ 2 ਜਾਂ 4 ਬੰਦੇ ਕਿਤੇ ਪੀਂਦੇ ਪੂੰਦੇ ਹੋਣਗੇ ਲੁਕ ਲੁਕ ਕੇ, ਮੈਂ ਤਾਂ ਵੇਖਿਆ ਨਹੀਂ ਵੀ ਸਾਰਾ ਪਿੰਡ ਪੀਂਦਾ। ਇਹ ਪ੍ਰੋਪਗੰਡਾ ਹੀ ਆ ਬਸ, ਬਿਨਾਂ ਵਜ੍ਹਾ ਵੀ ਜੇ ਕਿਤੇ ਪੋਸਤ ਖੁੱਲ੍ਹ ਗਈ ਇੱਥੇ ਤਾਂ ਪੰਜਾਬ ਦੇ ਲੋਕ, ਉਹ ਔਰਗੈਨਿਕ ਚੀਜ਼ ਆ, ਉਹ ਨਸ਼ਾ ਥੋੜ੍ਹੀ ਆ, ਲੋਕ ਨਸ਼ੇ ਦੇ ਤੌਰ, ਨਸ਼ਾ ਥੋੜ੍ਹੀ ਆ, ਉਹ ਤਾਂ ਔਰਗੈਨਿਕ ਚੀਜ਼ ਆ, ਉਹਨੂੰ ਤੁਸੀਂ ਦਵਾਈਆਂ 'ਚ ਵੀ ਲੈਂਦੇ ਹੋ, ਹਰ ਜਗ੍ਹਾ 'ਤੇ ਤੁਸੀਂ ਲੈ ਰਹੇ ਡੋਜ਼ ਉਹਦੀ, ਉਹਨੂੰ ਰੋ ਕਿਉਂ ਨਹੀਂ ਕਰ ਦਿੰਦੇ ਕਿ ਜੱਟ ਕਿਸਾਨ ਲਾਵੇ ਜਿਹਦੇ ਕੋਲ 40 ਕਿੱਲੇ ਪੈਲੀ ਆ, ਵਿੱਚੋਂ 5 ਕਿੱਲੇ ਲਾ ਕੇ ਸਰਕਾਰ ਨੂੰ ਦੇਵੇ, ਲਓ ਜੀ ਮੈਂ ਵੀ ਲਾ ਦਿੱਤੀ, ਮੈਨੂੰ ਮੇਰਾ ਬਣਦਾ ਮੁੱਲ ਦੇ ਦਿਓ। ਕੋਈ ਸਬਜ਼ੀਆਂ ਦੀ ਟੈਕਨੀਕ ਲਿਆਓ ਤੁਸੀਂ, ਕੋਈ ਫੁੱਲਾਂ ਦੀ ਟੈਕਨੀਕ ਲਿਆਓ ਨਵੀਂ, ਵੀ ਯਾਰ ਤੁਹਾਡੇ ਤੇਰੇ ਕੋਲ 15 ਕਿੱਲੇ ਪੈਲੀ ਆ, ਵਿੱਚੋਂ 5 ਕਿੱਲੇ ਝੋਨਾ ਲਾ ਲਾ, 10 ਕਿੱਲੇ ਆਹ ਲਾ ਤੂੰ। ਇਹ ਪੋਲਿਸੀਜ਼ ਨੇ, ਕਿਉਂ ਯੂਥ ਬਾਹਰ ਜਾਊਗਾ?
ਕਿਉਂ ਭੱਜਣਗੇ ਆਪਣਾ ਮੁਲਕ ਛੱਡ ਕੇ, ਕਿਉਂ ਬੇੜੀਆਂ 'ਚ ਡੁੱਬਣਗੇ, ਡੌਂਕੀਆਂ ਲਾ ਲਾ ਕੇ ਮੁੰਡੇ। ਫਰਕ ਸਿਰਫ ਇੰਨਾ ਕਿ ਵੀ ਸਸਤੀ ਲੇਬਰ ਜਦੋਂ ਇੱਥੇ ਪਹੁੰਚ ਗਈ ਪਹਿਲਾਂ ਹੀ ਖਾਣ ਨੂੰ ਉੱਨਾ ਕੁ, ਉੱਤੋਂ ਤੁਸੀਂ ਹੋਰ। ਇਹ ਸਟੇਟ ਦੀ ਗਲਤੀ ਆ, ਸਾਡੀ ਗੌਰਮੈਂਟ ਦੀ ਗਲਤੀ ਆ ਕਿ ਕਿਉਂ ਨਹੀਂ ਪਹਿਲਾਂ ਪੰਜਾਬ ਪਹਿਲਾਂ ਹੀ ਵੱਢ ਕੇ ਸੁੱਟਤਾ ਉੱਧਰ। 65% ਅਤੇ 55% 55% 'ਤੇ ਪਹਿਲਾਂ ਹੀ ਉੱਧਰ ਦੇ ਦਿੱਤਾ ਪਾਕਿਸਤਾਨ 47 ਦੇ ਵਿੱਚ। ਜਿਹੜਾ ਪਿੱਛੇ ਬਚਿਆ ਉਹਦੇ ਵਿੱਚ ਫਿਰ 55-56 'ਚ ਵੱਢਤਾ, ਹਰਿਆਣਾ ਕੱਢਤਾ, ਹਿਮਾਚਲ ਕੱਢਤਾ, ਜੰਮੂ ਕੱਢਤਾ। ਸੋ ਰੀਜ਼ਨ ਆਹ ਆ ਕਿ ਹੁਣ ਇੰਨਾ ਕੁ ਰਹਿ ਗਿਆ, ਹੁਣ ਇਹ 'ਤੇ ਵੀ ਫਿਰ ਪ੍ਰੈਸ਼ਰ, ਕਿਉਂਕਿ ਇਹ ਜ਼ਰਖੇਜ਼ ਧਰਤੀ ਆ। ਲੋਕ ਇੱਥੋਂ ਬਾਹਰੋਂ ਪ੍ਰਵਾਸ ਲਿਆ ਕੇ ਇੱਥੋਂ ਦੇ ਨਿਵਾਸੀਆਂ ਨੂੰ ਥੱਲੇ ਕਰਕੇ ਆਊਟ ਕਰਨਾ, ਜ਼ਮੀਨਾਂ 'ਤੇ ਕਬਜ਼ਾ ਉਹ 'ਤੇ ਕਲੀਅਰ ਕੱਟ ਹੀ ਕਾਰਪੋਰੇਟ ਦਾ ਜੋ ਹੈਗਾ। ਪਰ ਸਾਡੇ ਲੋਕ ਭੋਲੇ ਵਿਚਾਰੇ, ਸਾਡੇ ਲੋਕ ਭੋਲੇ ਨੇ। ਔਰ ਪੰਜਾਬੀ ਜਿਹੜਾ ਆਪਾਂ ਕਹਿ ਲਈ ਵੀ ਸਭ ਤੋਂ ਵੱਧ ਫੁਕਰਾ ਜੇ ਕੋਈ ਇਨਸਾਨ ਦੁਨੀਆ 'ਤੇ ਤਾਂ ਪੰਜਾਬੀ ਹੈ ਉਹ। ਮੈਨੂੰ ਲੱਗਦਾ ਨਹੀਂ ਕਦੀ ਰਾਜਸਥਾਨ 'ਚ ਕਿਸੇ ਨੂੰ ਗੁੱਚੀ ਦਾ ਨਾਮ ਹੀ ਪਤਾ ਹੋਊਗਾ, ਹਿਮਾਚਲ ਜੰਮੂ ਕਸ਼ਮੀਰ ਚਲ ਜਾਓ ਅਰਮਾਨੀ ਇਹ ਉਹ ਬਰਬਰੀ ਕਿਸੇ ਨੂੰ ਪਤਾ ਵੀ ਹੋਣਗੇ, ਇੱਥੇ ਇਕੱਲੇ ਇਕੱਲੇ ਨਿਆਣੇ ਨੂੰ ਪਤਾ ਵੀ ਲੈਣੀ ਬਰਬਰੀ ਆ। ਸੋ ਇਹ ਚੀਜ਼ ਆ, ਇਹ ਇਹ ਕੀ ਆ, ਇਹ ਖੂਨ ਦੇ ਵਿੱਚ ਆ ਬਾਦਸ਼ਾਹਤ। ਇਹ ਦੁਨੀਆ ਜਿਹੜੀ ਚੀਜ਼ ਵੇਖਦੇ ਉਹਨੂੰ ਜਿੱਤਣ ਨੂੰ ਤੁਰ ਪੈਂਦੇ ਆ ਵੀ ਮੇਰੇ ਕੋਲ ਕਿੱਦਾਂ ਨਹੀਂ ਹੈ, ਉਹਦੇ ਵਾਸਤੇ ਫਿਰ ਉਹ ਲਾਲਸਾ ਉਹ ਚੀਜ਼ ਮੈਂ ਬਾਹਰ ਜਾਣਾ, ਮੈਂ ਚੰਗਾ ਕਰਨਾ, ਮੈਂ ਆਹ ਕਰਨਾ। ਸੋ ਬੇਸਿਕਲੀ ਗੌਰਮੈਂਟ ਦਾ ਵੀ ਪਲਾਨ ਹੈ ਵੀ ਇੱਥੋਂ ਇਹਨਾਂ ਨੂੰ ਕੱਢ ਦਿੱਤਾ ਜਾਵੇ, ਹੈ ਨਾ। ਅਤੇ ਸਰਕਾਰਾਂ ਦੀ ਬਸ ਮੇਨ ਸਾਰੀ ਗੇਮ ਸਰਕਾਰਾਂ ਦੀ ਹੈ। ਅੱਛਾ, ਆਪਣੇ ਅੰਦਾਜ਼ ਦੇ ਵਿੱਚ ਅਖੀਰ ਦੇ ਵਿੱਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਲੋਕਾਂ ਨੂੰ ਮੈਸੇਜ ਇਹੀ ਕਹੂੰਗਾ ਜੀ, ਦੇਖੋ ਵੀ ਅਸੀਂ ਪੰਜਾਬੀ ਹਾਂ, ਹਰ ਵਰਗ ਦਾ, ਹਰ ਕਮਿਊਨਿਟੀ ਦਾ, ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਸਾਡੇ ਗੁਰੂਆਂ ਨੇ ਸਿਖਾਇਆ ਹੀ ਸਾਨੂੰ ਇਹ ਆ, ਹੈ ਨਾ। ਬਟ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੋਣਾ ਚਾਹੀਦਾ। ਸੋ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਹੋਣ 'ਤੇ ਮਾਣ ਕਰੋ, ਹੈ ਨਾ ਜੀ। ਕਿ ਉਹ ਕਹਿੰਦੇ ਨਾ ਵੀ ਜਿਹੜੀ ਬੱਕਰੀ ਸ਼ੇਰ ਦੀ ਜੂਹ ਵੜ ਜੇ ਉਹਦੇ ਹੱਡ ਵੀ ਨਹੀਂ, ਉਹਦੇ ਖਲ ਵੀ ਨਹੀਂ। ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਫੁੱਲ ਵੀ ਨਹੀਂ, ਉਹਦੇ ਫਲ ਵੀ ਨਹੀਂ। ਅਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਅਤੇ ਕੱਲ੍ਹ ਵੀ ਨਹੀਂ। ਸੋ ਆਪਾਂ ਖਤਮ ਹੋ ਜਾਵਾਂਗੇ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ, ਐਨ ਕੋਰੇ ਕਾਗਜ਼ ਵਾਂਗੂ ਬਣ ਕੇ ਰਹਿ ਜਾਵਾਂਗੇ ਜੇ ਆਪਣੀ ਮਾਂ ਬੋਲੀ ਭੁੱਲ ਗਏ। ਸੋ ਬੱਚਿਆਂ ਨੂੰ ਬੋਲੀ, ਪੰਜਾਬੀ ਬੋਲੀ ਬੋਲਣੀ ਸਿਖਾਓ, ਉਹਦੇ ਨਾਲ ਪਿਆਰ ਕਰਨਾ ਸਿਖਾਓ, ਮੈਂ ਇੰਨਾ ਹੀ ਕਹਿਣਾ ਚਾਹੁੰਦਾ ਜੀ। ਸ਼ੁਕਰੀਆ ਆਪਣੇ ਇੰਨਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋਰ ਸ਼ਖਸੀਅਤਾਂ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ। ਅੱਜ ਜਰਨੈਲ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਹੈ, ਬੜੇ ਮੈਨੂੰ ਲੱਗਦਾ ਕਿ ਸਵਾਲਾਂ ਦੇ ਇੰਨੇ ਸਵਾਲ ਨਿਕਲ ਰਹੇ ਨੇ ਕਿ ਮੈਨੂੰ ਲੱਗਦਾ ਕਿ ਸਮਾਂ ਜਿਹੜਾ ਉਹ ਸਾਡੇ ਕੋਲ ਥੋੜ੍ਹਾ ਜਿਹੜਾ ਰਹਿ ਗਿਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿੰਨੇ ਵੀ ਹੋਰ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਵਿਚਾਰ ਜਿਹੜੇ ਤੁਹਾਡੇ ਨੇ, ਜ਼ਰੂਰ ਰਾਬਤਾ ਤੁਹਾਡੇ ਨਾਲ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਸਮਰ ਨਿਊਜ਼ ਦੇ ਨਾਲ ਜੁੜੇ ਰਹੋ।